ਜਸਟਿਸ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਭਾਰਤ ਰਤਨ ਕਿਸ ਨੂੰ ਮਿਲੇ ਇਸ 'ਤੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈਗੀ ਅਤੇ ਇਸ 'ਤੇ ਸਿਆਸਤ ਵੀ ਹਮੇਸ਼ਾ ਆ ਜਾਂਦੀ ਹੈ। ਹੁਣ ਵੀਰ ਸਾਵਰਕਰ 'ਤੇ ਬਹਿਸ ਚੱਲ ਰਹੀ ਹੈ ਕਿ ਵੀਰ ਸਾਵਰਕਰ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਨੇ ਬਹਿਸ ਛੇੜੀ ਹੈ, ਹਾਲਾਂਕਿ ਵੀਰ 'ਤੇ ਵੀ ਸਵਾਲ ਹੈਗੇ ਆ ਕਿ ਸਾਵਰਕਰ ਦੇ ਨਾਂ ਆ ਕੇ ਵੀਰ ਕਿਉਂ ਲੱਗਦਾ ਹੈਗਾ। ਉਸ ਦੇ ਨਾਲ ਸਿਆਸਤ ਸਵਾਲ ਪੁੱਛਦੀ ਵੀ ਹੈਗੀ ਹੈ, ਸਿਆਸਤ ਇਹ ਸਵਾਲ ਕਰਦੀ ਹੈਗੀ ਹੈ ਕਿ ਭਾਰਤ ਰਤਨ ਸਾਵਰਕਰ ਨੂੰ ਕਿਉਂ, ਭਗਤ ਸਿੰਘ ਵਰਗੇ ਸ਼ਹੀਦੇ ਆਜ਼ਮ ਜਿਹੜੇ ਹੈਗੇ ਆ, ਰਾਜਗੁਰੂ ਸੁਖਦੇਵ ਜਾਂ ਹੋਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਕਿਉਂ ਨਹੀਂ। ਇਹੋ ਜਿਹੇ ਬਹੁਤ ਸਾਰੇ ਸਵਾਲ ਆ ਜਿਹੜੇ ਇਸ ਬਹਿਸ ਦੇ ਵਿੱਚ ਆਉਣਗੇ ਅਤੇ ਉਹਨਾਂ ਸਵਾਲਾਂ ਦਾ ਜਵਾਬ ਲੈਣਾ ਲਾਜ਼ਮੀ ਹੈਗਾ। ਅਸੀਂ ਇੱਕੋ ਸਵਾਲ ਪੁੱਛਾਂਗੇ, ਸਾਵਰਕਰ ਅਤੇ ਭਾਰਤ ਰਤਨ ਵਿਚਾਲੇ ਕਿਹੜੇ ਸਵਾਲ? ਅੱਜ ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸਦੀ ਹੈ। ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਮੁੱਦੇ 'ਤੇ ਭਾਰਤੀ ਸਿਆਸਤ ਪੱਕੀ ਹੋਈ ਹੈ। ਭਾਜਪਾ ਨੇ ਮਹਾਰਾਸ਼ਟਰ ਦੇ ਚੋਣ ਮੈਨੀਫੈਸਟੋ ਵਿੱਚ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਾਅਦਾ ਕੀਤਾ, ਜਿਹਨੂੰ ਉਹ ਸੰਕਲਪ ਪੱਤਰ ਕਹਿੰਦੇ ਆ। ਕਾਂਗਰਸ, AIMIM ਸਣੇ ਕਮਿਊਨਿਸਟਾਂ ਨੇ ਭਾਜਪਾ ਦੇ ਵਾਅਦੇ 'ਤੇ ਮੋਰਚਾ ਖੋਲ੍ਹ ਦਿੱਤਾ। PM ਮੋਦੀ, ਗ੍ਰਹਿ ਮੰਤਰੀ ਸ਼ਾਹ ਸਣੇ ਭਾਜਪਾ ਦੇ ਤਮਾਮ ਵੱਡੇ ਆਗੂ ਵਿਰੋਧੀਆਂ 'ਤੇ ਵਾਰ ਕਰ ਰਹੇ ਆ ਕਿ ਤੁਸੀਂ ਗਲਤ ਕਹਿ ਰਹੇ ਹੋ ਜੋ ਕਹਿ ਰਹੇ ਹੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲਿਆ ਕਿ ਸਾਵਰਕਰ ਨਾ ਹੁੰਦੇ ਤਾਂ 1857 ਦੀ ਕ੍ਰਾਂਤੀ ਇਤਿਹਾਸ ਨਾ ਬਣਦੀ। ਹਿੰਦੂਤਵ ਦੀ ਵਿਚਾਰਧਾਰਾ 'ਤੇ ਚੱਲਣ ਕਰਕੇ ਸਾਵਰਕਰ ਦਾ ਕਰਦੇ ਹਾਂ ਵਿਰੋਧ। ਮਨਮੋਹਨ ਸਿੰਘ ਨੇ ਇਹ ਗੱਲ ਕਹੀ ਅਤੇ ਨਾਲ ਉਹਨਾਂ ਨੇ ਵੀ ਕਿਹਾ ਸੀਗਾ ਕਿ ਇੰਦਰਾ ਗਾਂਧੀ ਦੇ ਵੇਲੇ ਉਹਨਾਂ ਦੇ ਨਾਂ 'ਤੇ ਡਾਕ ਟਿਕਟ ਵੀ ਜਾਰੀ ਕੀਤੀ ਸੀ ਕਾਂਗਰਸ ਨੇ, ਇਹ ਵੀ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਹੈਗਾ। AIMIM ਮੁਖੀ ਓਵੈਸੀ ਦਾ ਭਾਜਪਾ 'ਤੇ ਤਾਂਜ ਹੈ, ਸਾਵਰਕਰ ਨੂੰ ਦੇਣਾ ਤਾਂ ਗੋਡਸੇ ਨੂੰ ਵੀ ਦਿਓ ਭਾਰਤ ਰਤਨ, ਇਹ ਓਵੈਸੀ ਨੇ ਕਿਹਾ। ਅਤੇ ਓਵੈਸੀ ਦੇ ਵਾਰ ਤੋਂ ਬਾਅਦ ਪਲਟਵਾਰ ਕੀਤਾ ਵੀਰ ਸਾਵਰਕਰ ਅਤੇ ਪੋਤੇ ਨੇ, ਉਹਨਾਂ ਨੇ ਕਿਹਾ ਕਿ ਮੇਰੇ ਦਾਦੇ ਤੋਂ ਵੱਡਾ ਕੋਈ ਧਰਮ ਨਿਰਪੱਖ ਨਹੀਂ। ਇੰਦਰਾ ਗਾਂਧੀ ਵੀ ਸੀ ਹਮਾਇਤੀ, ਰਣਜੀਤ ਸਾਵਰਕਰ ਇਹ ਗੱਲ ਕਹਿ ਰਹੇ ਹੈਗੇ। ਬਿਆਨਬਾਜ਼ੀ ਕੀ ਹੋ ਰਹੀ ਹੈ ਪਹਿਲਾਂ ਸੁਣ ਲਈਏ। ਜਬ ਵੀਰ ਸਾਵਰਕਰ ਜੈਸੇ ਰਾਸ਼ਟਰ ਨਾਇਕੋਂ ਕੋ ਇਹ ਬਦਨਾਮ ਕਰਨੇ ਕਾ ਪ੍ਰਯਾਸ ਕਰਤੇ ਹੈ, ਤਬ ਸਾਤਾਰਾ ਕਾ ਪਾਰਾ ਸਾਤਵੇਂ ਆਸਮਾਨ ਪਰ ਚੜ ਜਾਤਾ ਹੈ। ਭਾਈ ਔਰ ਬਹਿਨੋ, ਕਾਂਗਰਸ ਔਰ NCP ਕੇ ਨੇਤਾ ਜਨ ਭਾਵਨਾਓਂ ਕੋ ਨਹੀਂ ਸਮਝ ਪਾ ਰਹੇ। ਵੀਰ ਸਾਵਰਕਰ ਨਾ ਹੋਤੇ ਤੋ ਸਨ 57 ਕੀ ਕ੍ਰਾਂਤੀ ਵੀ ਇਤਿਹਾਸ ਨਾ ਬਣ, ਉਸਕੋ ਵੀ ਹਮ ਅੰਗਰੇਜ਼ੋ ਕੀ ਦ੍ਰਿਸ਼ਟੀ ਸੇ ਹੀ ਦੇਖ। ਵੀਰ ਸਾਵਰਕਰ ਨੇ ਹੀ ਸਨ 57 ਕੀ ਕ੍ਰਾਂਤੀ ਕੋ ਪਹਿਲਾ ਸਵਤੰਤਰ ਸੰਗਰਾਮ ਕਾ ਨਾਮ ਦੇਣੇ ਕਾ ਕਾਮ ਕੀਆ, ਆਜ ਵੀ ਵਰਨਾ ਹਮਾਰੇ ਬੱਚੇ ਉਸਕੋ ਵਿਪਲਵ ਕੇ ਨਾਮ ਸੇ ਜਾਣਤੇ ਹੋ। ਸਾਵਰਕਰ ਜੀ ਇਸ ਕਨਸਰਨ, ਯੂ ਵੁਡ ਰਿਕਾਲ ਦੈਟ ਇੰਦਰਾ ਗਾਂਧੀ ਹੈਡ ਇਸ਼ੂਡ ਏ ਪੋਸਟਲ ਸਟੈਂਪ ਇਨ ਕਮੈਮੋਰੇਟਿੰਗ ਸਾਵਰਕਰ ਜੀ। ਸੋ ਵੀ ਆਰ ਨਾਟ ਅਗੇਂਸਟ ਸਾਵਰਕਰ ਜੀ, ਬਟ ਦ ਕੁਸ਼ਚਨ ਇਜ਼ ਵੀ ਆਰ ਨਾਟ ਇਨ ਫੇਵਰ ਆਫ ਦ ਹਿੰਦੂਤਵ ਆਈਡੀਆਲੋਜੀ ਦੈਟ ਸਾਵਰਕਰ ਜੀ ਪੈਟਰਨਾਈਜ਼ ਐਂਡ ਸਟੂਡ ਫੋਰ। ਐਕਟ ਕੇ ਤਹਿਤ ਇੱਕ ਕਮਿਸ਼ਨ ਕੀ ਰਿਪੋਰਟ ਹੈ ਔਰ ਉਸਮੇ ਯੇ ਬਾਤ ਕਹੀ ਗਈ, ਤੋ ਫਿਰ ਆਪ ਫਾਦਰ ਆਫ ਦ ਨੇਸ਼ਨ ਕੇ ਅਸੈਸਿਨੇਸ਼ਨ ਕੇ ਕੌਂਸਪਰੇਟਰ ਕੋ ਕੈਸਾ ਦੇਂਗੇ ਭਾਰਤ ਰਤਨਾ। ਦੂਸਰੀ ਬਾਤ ਇਹ ਹੈ ਕਿ ਇਹ ਬਾਤ ਬਿਲਕੁਲ ਸਹੀ ਹੈ ਕਿ ਸਾਵਰਕਰ ਸਭਸੇ ਪਹਿਲੇ ਟੂ ਨੇਸ਼ਨ ਥਿਅਰੀ ਨਿਕਾਲੇ, ਉਸਕੇ ਬਾਅਦ ਮੁਹੰਮਦ ਅਲੀ ਜਿਨਾ ਸ਼ੁਰੂ ਕੀਏ। ਤੀਸਰੀ ਬਾਤ ਇਹ ਹੈ ਕਿ ਉਨਕੀ ਹਿੰਦੂ ਮਹਾਸਭਾ ਔਰ ਮੁਸਲਿਮ ਲੀਗ ਕੁਇਟ ਇੰਡੀਆ ਮੂਵਮੈਂਟ ਮੇਂ ਸਾਥ ਨਹੀਂ ਦੀਏ ਔਰ ਦੋਨੋਂ ਸਰਕਾਰ ਮੇਂ ਸਾਥ ਥੇ। ਅਗਰ ਭਾਰਤ ਰਤਨ ਦੇਣਾ ਹੈ ਤੋ ਆਪ ਸੁਖਦੇਵ ਕੋ ਦੀਜੀਏ, ਅਸ਼ਫਾਕ ਉੱਲਾ ਕੋ ਦੀਜੀਏ, ਭਗਤ ਸਿੰਘ ਕੋ ਦੀਜੀਏ, ਅਲਾਮਾ ਫਜ਼ਲ ਖੈਰਾਬਾਦੀ ਕੋ ਦੀਜੀਏ। ਮਹਾਰਾਸ਼ਟਰ ਕਾ ਚੁਣਾਵ ਚੱਲ ਰਿਹਾ ਹੈ, ਮਹਾਰਾਸ਼ਟਰ ਚੁਣਾਵ ਮੇਂ ਆਪਣੇ ਚੁਣਾਵ ਘੋਸ਼ਣਾ ਪੱਤਰ ਮੇਂ ਭਾਰਤੀ ਜਨਤਾ ਪਾਰਟੀ ਇਹ ਐਲਾਨ ਕਰਤੀ ਹੈ ਕਿ ਹਮ ਸ਼੍ਰੀ ਸਾਵਰਕਰ ਕੋ ਭਾਰਤ ਰਤਨ ਦੇਂਗੇ। ਮੈਂ ਇਹ ਪੁੱਛਣਾ ਚਾਹਤਾ ਹੂੰ ਕਿ ਆਪ ਸ਼ਹੀਦ ਭਗਤ ਸਿੰਘ ਕੋ ਭਾਰਤ ਰਤਨ ਕਿਉਂ ਨਹੀਂ ਦੇਂਗੇ? ਆਪ ਰਾਜਗੁਰੂ ਕੋ ਭਾਰਤ ਰਤਨ ਕਿਉਂ ਨਹੀਂ ਦੇਂਗੇ? ਆਪ ਸੁਖਦੇਵ ਕੋ ਭਾਰਤ ਰਤਨ ਕਿਉਂ ਨਹੀਂ ਦੇਂਗੇ? ਵੀਰ ਸਾਵਰਕਰ ਜੀ ਕੇ ਜੀਵਨ ਕੇ ਦੋ ਪਹਿਲੂ ਹੈ। ਪਹਿਲਾ ਤੋ ਬਹੁਤ ਹੀ ਉਲੇਖਨੀ ਹੈ, ਜਹਾਂ ਉਹਨੇ ਆਜ਼ਾਦੀ ਕੀ ਲੜਾਈ ਮੇਂ ਭਾਗ ਲਿਆ। ਦੂਸਰਾ ਪਹਿਲੂ ਹੈ ਜਬ ਉਹਨੇ ਮਾਫ਼ੀ ਮੰਗ ਕਰ ਵੋ ਵਾਪਸ ਲੌਟ ਕਰ ਆਏ। ਤੋ ਇਸ ਦੋਨੋਂ ਪਹਿਲੂ ਪਰ ਹੀ ਹਮ ਲੋਕ ਵਿਚਾਰ ਕਰਨਾ ਚਾਹੀਏ ਔਰ ਇਹ ਵੀ ਨਹੀਂ ਭੁੱਲਣਾ ਚਾਹੀਏ ਕਿ ਮਹਾਤਮਾ ਗਾਂਧੀ ਕੀ ਹੱਤਿਆ ਮੇਂ ਸ਼ਡਯੰਤਰ ਉਨਕਾ ਨਾਮ ਵੀ ਦਰਜ ਹੁਆ ਥਾ। ਸਾਵਰਕਰ ਕੋ ਭਾਰਤ ਰਤਨ ਦਿਆ ਜਾਏ ਤੋ ਭਗਤ ਸਿੰਘ ਕੋ ਤੋ ਕਭੀ ਵੀ ਭਾਰਤ ਰਤਨ ਨਹੀਂ ਦਿਆ ਜਾਏ, ਕਿਉਂਕਿ ਇਸ ਸੇ ਭਗਤ ਸਿੰਘ ਕਾ ਅਪਮਾਨ ਹੋ।
एक माफी मांगने वाले को अगर भारत रत्न दिया जाएगा तो फिर फांसी चढ़ने वाले को भारत रत्न दे करके उसका अपमान किया जाएगा। अच्छा लगा मुझे मनमोहन सिंह ने अपनी अंदरूनी आवाज सुनी, महात्मा जी कहते हैं अंतरात्मा की आवाज, आवाज उन्होंने पूरी तरह सुन लेना चाहिए। वो कहते हैं कि इंदिरा गांधी ने उनका ये किया था, स्टैम्प निकाल कर सम्मान किया था, मगर वो खाली किस पुरुष का सम्मान के लिए नहीं था। इंदिरा गांधी, मैं कहता हूँ कि सचमुच सावरकर की फॉलोअर थी। इंदिरा गांधी ने भारत को न्यूक्लियर कैपेबल नेशन बनाया फर्स्ट टाइम, ये कोई गांधी की फिलोसॉफी के टोटल अगेंस्ट है। सवाल एक पूछोगे, बड़ा सवाल यह पूछा जाएगा इस डिबेट के, देश का सर्वोच्च सम्मान भारत रत्न देने के पैमाने सियासत क्यों, इस सवाल पर बहस करा। पैनल साडा मौजूद है, उन्होंने तारफ करा रहे हैं डॉक्टर पहला गर्ग, एक्सपर्ट के तौर पर माहर के तौर पर साडा मौजूद रहेंगे। गर्ग साहब तुहाडा बहुत स्वागत है, सोशल एक्टिविस्ट के तौर पर विचरते हैं। गर्ग साहब, हरजीत सिंह अग्रवाल भारतीय जनता पार्टी के बुलारे है, तो आर एस एस नाल उन्हां दा लंबे समय तो वास्ता हैगा, तो अंडेमान निकोबार जिंदा जिक्र हुंदा वार वार जो सावरकर का जिक्र हुंदा तो उत्थे प्रभारी भी रहे हैगे। अग्रवाल साहब तुहाडा बहुत स्वागत है। बन सिंह बराड़ सी पी आई के आगू ने, तो बड़ा लंबा तजर्बा बराड़ साहब होरां दा, तो सूबे दे विच इन्हां दी चंगी पकड़ हैगी, उस तो अलावा जिहड़ी कौमी सियासत हैगी उस बारे चंगी नज़र रखते हैं। बराड़ साहब तुहाडा बहुत स्वागत है। अरजीत सिंह कलेर श्रोमणी अकाली दल दा बुलारे है, कलेर साहब यूथ आगू ने, यूथ लीडर ने, तो एक वकील के तौर पर, एक यूथ आगू तौर पर अक्सर विचरते हैं, तो इन्हों समझने की कोशिश करेंगे श्रोमणी अकाली दल की इस पर की राय हैगी, क्योंकि भाईवाल पार्टी है जी वार बार मांग कर रही है भारत रत्न वाली सावरकर लई। कलेर साहब तुहाडा बहुत स्वागत है। सब तो पहला सवाल तुहानू करना चाहूँगा अग्रवाल साहब। अग्रवाल साहब, मैं हुणे सुन रहा सीगा कन्हैया कुमार जो कह रहे हैं कि फिर भगत सिंह नूं तां भारत रत्न देना ही नहीं चाहिए, तुहाडा इहदे लई कोई मतलब है इस बयान का या नहीं? इस तरह कन्हैया कुमार की एक सोच अलग ही है जिहदे नाल असीं तां घट्टो घट सहमत नहीं हो सकते, और मैं उहदे ते ज़्यादा टिप्पणी करा। उहदे नालों अच्छी गल इह है कि वीर सावरकर जी दे बारे च कुछ कहा जाए। वीर सावरकर जी पहली गल तां वैसे ही भारत रत्न ने, और उन्हां दा बहुत बड़ा योगदान आज़ादी दी मूवमेंट च भी, और उन्हों एक गल जिहड़ी कहिंदे सी कि जिहड़ा जाति धर्म वर्ग जो कुछ भी है ये अपने अंदर दी गल आ, ये घर च रख के जाओ, बाहर लोगों नाल जदों व्यवहार करो तां वो इस तो उपर उठ के होना चाहिए कि असीं सारे हिंदुस्तानी हैं, और ये इस तो बड़ा सैकुलर होर कौन हो सकता जो उन्हां दी सोच सैकुलर सी, सावरकर सैकुलर सी। बिल्कुल अग्रवाल साहब, तुसीं आजादी लड़ाई च उन्हां योगदान की गल की है कि एक उन्हें चिट्ठी पाई है अंडेमान निकोबार वाली, तुहानूं पता होगा अंडेमान जेल वाली जिहड़ी, उहदे विच उन्हां दी जो लिखिया हैगा उस चिट्ठी दे विच, तुहानूं इन बिन मैं पढ़ के सुना दिंदा। इसलिए अगर सरकार अपनी असीम भलमन साहत और दयालता में मुझे रिहा करती है, मैं आपको यकीन दिलाता हूँ कि मैं संविधानवादी विकास का सबसे कट्टर समर्थक रहूँगा और अंग्रेजी सरकार के प्रति वफादार रहूँगा, जो कि विकास की सबसे पहली शर्त है। ये उन्हां दी ही चिट्ठी है या किसी होर दी? देखो गल ये मैं ये बारे ध्यान च नहीं है, और मैं कहना साबित करन दा कि ब्रिटिश असीं तुहाडे ही सपोर्ट रहांगे, तुहाडे वफादार रहांगे, अप टू दी कोर रहांगे, और वो साबित किया उन्होंने। जदों भी कोई इंडिपेंडेंस लड़ाई गांधी हुणां दी अगवाई थले, नहरू हुणां दी अगवाई थले, सारे लोगों की अगवाई थले लड़ी गई है, इन्होंने परचे वंडे है। अग्रवाल साहब गल कहते हैं बहुत पुराने बंदे है संघ के, तुम कटा के नहीं देख सकते अग्रवाल साहब। अग्रवाल साहब की स्टेटमेंट बहुत मायने रखती है। मैं जी फिर गलत कह रहे ना, गलत भी कह रहा है, जो मोदी झूठ बोल सकता तो अग्रवाल नहीं झूठ बोल सकते, जानू पता नहीं। एक मैं छोटा ब्रेक लेना, ब्रेक तो बाद वापस आवेंगे। बहुत सारे सवाल है सावरकर भारत रत्न विचाले कि सवाल है, उन्होंने सारे सवालों के उत्ते बहस होनी लाजमी है, बहस होवे भी क्यों ना, क्योंकि भारत का सब तो उच्चा जिहड़ा सन्मान हैगा ते उस सन्मान दे बारे जो सियासत होंदी है की है, सियासत क्यों होंदी है, ब्रेक पर वापस आके वो सारे सवाल हुण की जरूर। असी इससे बहस कर रहे हैं देश का सर्वोच्च सन्मान भारत रत्न देने पैमाने सियासत क्यों। कलेर साहब, अकाली दल का पहला कमेंट इन्हें की है
KP जी देखो भारत रत्न देना ना देना इस सरकार ने देखना है इस सरकार दा एक प्रेरोगेटिव हैगा कि उन्होंने केड़ा बंदा अकाली दल स्टैंड की है मैं सिंपल सवाल किया क्लियर सर आप उलझिए ना KP जी उलझने वाली गल नहीं जरूरी नहीं कि हर गल ते अकाली दल कमेंट करे जरूरी नहीं है कमेंट करना जरूरी जिन्नी जिन्ने तुसी सावरकर नु की समझदे हो अकाली दल सावरकर नु की समझदा मैं जिन्नातर जिन्ना सावरकर साहब बारे पढ़िया मैनू एक चीज उन्हां दी ठीक है कि 1857 च जो क्रांति दी उन्होंने की ओदे बारे में नॉलेज हैगी है उस तो बाद जो उन्होंने सैकुलरिज्म की गल जन्म तुम पता कदों होया सी सावरकर साहब का मैनू कदों होया सी जन्म प्लेयर साहब तुम पता नहीं मैं सिर्फ क्रांति हुई सी सावरकर साहब का जन्म कदों होया सी तुसीं जे कहंदे हो ना अमित शाह दे बयान नूं तुसीं किस तरीके नाल पेश कर रहे हो तुहानूं पता मैं उन्होंने इस पेश नहीं कर रहा मैं उन्होंने कह रहा भी उन्होंने जिहड़ा क्रांति का नाम दिता उन्होंने दिता दूसरी गल के मैं फिर दोबारा उस गल ते आ जाना के भारत रत्न देना या ना देना ये सरकार दा प्रेरोगेटिव है चंगी गल है अकाली दल सपोर्ट करदा है चंगी गल अकाली दल सपोर्ट करदा है मेरी गल सुनो KP जी अकाली दल सपोर्ट करदा है KP जी पहला गल ता जवाब आउन दो कि तुसी अपने शब्द मेरे नहीं नहीं मैं शब्द के मैं सवाल पूछ रहा हूं मैं शब्द थोड़ी तेरे मुंह च पा रहा हूं सवाल पूछ रहा हूं मैं कह रहा हूं कि अकाली दल इस चीज का स्वागत करता है कि चलो चंगा होया ये गल इधर नु चली हो सकता है जी अज इस सावरकर साहब के मुद्दे के नाल भगत सिंह होरां दा राजगुरु होरां दा ना ही लेना शुरू होया तां हो सकदा है कदे ना कदे पंजाब दे ओ महान सपूत भगत सिंह उधम सिंह भगत सिंह दे लई सावरकर दा नाम आउणा उस दा इंतजार करना पैणा सीगा ते अकाली दल नूं लगदा कि हुण इंतजार खत्म हो जाएगा इंतजार खत्म होने की गल नहीं मैं कह रहा कि बहुत चंगा होया उन्हां दा नाम भी आया ते बड़ा चंगा होगा जे उन्हां नूं भी इस इहदे लई सरकार कदे कंसीडर करूगी अच्छा ठीक है गर्ग साहब सावरकर साहब दे बारे सवाल बहुत सारे जिहड़े पुछे जाने हैगे आ पर सवाल यह है कि कांग्रेस दे वेले इंदिरा गांधी या चिट्ठी पई है जिहड़ी वो लिखते हैं सावरकर बारे इहदा मतलब जिहड़ी चोन सियासत है की है उस विच सारी सियासत मजबूर है कि सावरकर दे नाते हुण वोटां लैणियां चक दो मुद्दा देखो एक गल है भी साडा सब तो वड्डा दुखांत ही हिंदुस्तान दा इह है मुल्क दा पिछले कह लो 30-35 साल च कि असी लाशां की राजनीति करते हैं असी धर्म की राजनीति करते हैं असी मुद्दों की राजनीति करनी छड़ती उदों पहले मुद्दों की राजनीति होंदी सी असी बचपन च सारे सुनते सी उहदी कोई भी पार्टी होंदी सी उह अपने मुद्दों ते गल करदी सी असी उह छड़ती है पहली गल तां इह है उह इंदिरा गांधी ने भी उसनूं यूज़ करिया उस वक्त चाहे डाक टिकट जारी करिया अज मनमोहन सिंह जी का बयान ਇਹ ਵੀ ਨਹੀਂ ਉਹ ਇਸ ਤਰ੍ਹਾਂ ਇਹ ਗੋਲ ਜਿਹਾ ਬਿਆਨ ਅਸੀਂ 370 ਨੂੰ ਸਪੋਰਟ ਕਰਦੇ ਹਾਂ 370 ਨੂੰ ਜਾਂਦੇ ਉਹਨਾਂ ਦੇ ਬਾਕੀ ਲੀਡਰ ਕੁਝ ਹੋਰ ਕਹਿੰਦੇ ਆ ਉਸ ਤੋਂ ਬਾਅਦ ਲਾਈਨ ਡਾਇਵਰਟ ਹੁੰਦੀ ਆ ਚੋਣਾਂ ਕਰਕੇ ਇਹ ਮੈਂ ਕਹਿੰਦਾ ਅਤੇ ਉਹ ਪੁਲਵਾਮਾ ਵੇਲੇ ਵੀ ਇਹਨਾਂ ਨੇ ਜਦ ਤੁਸੀਂ ਹਿੰਦੂਤਵਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਲਕਿ ਮੈਨੂੰ ਤਾਂ ਇਹ ਲੱਗਦਾ ਵੀ ਮੁਲਕ ਦਾ ਕਾਲਾ ਦੌਰ ਸ਼ੁਰੂ ਹੋ ਰਿਹਾ ਕਿਉਂਕਿ ਜਿਹੜੀ ਕਾਂਗਰਸ ਨੇ ਮਾੜਾ ਮੋਟਾ ਉਹਨੂੰ ਅਪੋਜ਼ ਕਰ ਬਾਕੀ ਤਾਂ ਅਪੋਜ਼ ਕਰ ਰਹੇ ਨੇ ਕੁਛ ਤਾਂ ਪਰ ਬਹੁਤੇ ਨਹੀਂ ਕਰ ਰਹੇ ਜਿਹੜਾ ਅਪੋਜ਼ ਅੱਜ ਦੇਸ਼ ਦੇ ਵਿੱਚ ਲੋੜ ਇਸ ਗੱਲ ਦੀ ਹੈ ਕਿ ਧਰਮ ਨਿਰਪੱਖ ਤਾਕਤਾਂ ਜਿਹੜੀਆਂ ਨੇ ਉਹ ਸਿਆਸਤ 'ਚ ਅੱਗੇ ਆਉਣ ਉਹ ਪਾਰਟੀ ਜਿਹੜੀ ਮਰਜ਼ੀ ਹੋਣ ਧਰਮ ਨਿਰਪੱਖ ਜਿਹੜੇ ਵਿਅਕਤੀ ਨੇ ਜਿਹੜੇ ਦੇਸ਼ ਨੂੰ ਅੱਗੇ ਜਦ ਤੁਸੀਂ ਧਰਮ ਨਿਰਪੱਖ ਤਾਕਤਾਂ ਦੀ ਬਜਾਏ ਜਾਤੀਵਾਦ ਧਰਮ ਦੇ ਉੱਤੇ ਸਾਰਾ ਕੁਛ ਸ਼ੁਰੂ ਕਰ ਦੋਗੇ ਅਤੇ ਫਿਰ ਕੀ ਆ ਕੱਲ੍ਹ ਨੂੰ ਤੁਸੀਂ ਅਜੇ ਦੇਖਿਓ ਪੰਜਾਬ 'ਚ ਕੀ ਹੋਣਾ ਵੀ ਕਿਹਨੂੰ ਭਾਰਤ ਰਤਨ ਫਿਰ ਮਿਲਣ ਦੀ ਮੰਗ ਹੋ ਸਕਦੀ ਹੈ ਅਤੇ ਫਿਰ ਇੱਥੇ ਔਖਾ ਲੱਗੂਗਾ ਫਿਰ ਜਿਹੜੇ ਇੰਦਰਾ ਗਾਂਧੀ ਦੇ ਕਾਤਲ ਨੇ ਹੋ ਸਕਦਾ ਕੱਲ੍ਹ ਨੂੰ ਉਹਨਾਂ ਨੂੰ ਵੀ ਮੰਗਾਂ ਜੀ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਜੀ ਉਹ ਵੀ ਬੜੇ ਵੱਡੇ ਸ਼ਹੀਦ ਸੀਗੇ ਕੌਮ ਦੇ ਸੋ ਇਹ ਕੀ ਹੋ ਰਿਹਾ ਕਿ ਦੇਸ਼ ਨਹੀਂ ਦੇ ਰਿਹਾ ਇਹ ਇੱਕ ਸਿਆਸੀ ਪਾਰਟੀ ਦੇ ਰਹੀ ਹੈ ਵੀਰ ਸਵਰਕਰ ਜੀ ਦਾ ਉਹ ਬਹੁਤ ਇੰਟੈਲੀਜੈਂਟ ਸੀਗੇ ਇਹ 'ਚ ਕੋਈ ਸ਼ੱਕ ਨਹੀਂ ਹੈ ਉਹ ਬਹੁਤ ਪੜ੍ਹੇ ਲਿਖੇ ਸੀ ਇਹ 'ਚ ਵੀ ਕੋਈ ਸ਼ੱਕ ਨਹੀਂ ਹੈ ਉਹ ਸ਼ੁਰੂ ਦੇ ਵਿੱਚ ਉਹਨਾਂ ਨੇ ਬੜੀ ਜਿਵੇਂ ਨੌਜਵਾਨੀ ਜਵਾਨੀ ਅਵਸਥਾ 1883 'ਚ ਉਹਨਾਂ ਦਾ ਜਨਮ ਹੋਇਆ ਅਤੇ ਉਹਨਾਂ ਨੇ 1910 ਦੇ ਵਿੱਚ ਉਹ ਮੁਕੱਦਮਾ ਚੱਲਿਆ ਉਹਨਾਂ 'ਤੇ ਅਤੇ ਉਹਨਾਂ ਨੇ ਅਭਿਨਵ ਭਾਰਤ ਜਿਹੜਾ ਬਣਾਇਆ ਉਦੋਂ ਤੱਕ ਉਦੋਂ ਪਹਿਲਾਂ ਮਤਲਬ ਜਿਹੜੀ ਸੀ ਉਹਨਾਂ ਦੀ ਇੱਕ ਗਦਰ ਪਾਰਟੀ ਦੇ ਨਾਲ ਵੀ ਕੋਸ਼ਿਸ਼ ਕਰੀ ਹੋਰ ਕਰਿਆ ਉਹ ਇੱਕ ਸੈਂਟੀਮੈਂਟ ਸੀ ਉਹਨਾਂ ਦਾ ਪਰ ਜਦ ਉਹ ਕਰਜਨ ਵਾਜਲੀ ਦਾ ਕਤਲ ਹੋਇਆ ਉਹਦੇ 'ਚ ਮਦਨ ਲਾਲ ਢੀਂਗਰੇ ਨੂੰ ਤਾਂ ਫਾਂਸੀ ਹੋ ਗਈ ਇੱਥੇ ਵੀ ਇੱਕ ਬੰਦੇ ਦਾ ਕਤਲ ਹੋ ਗਿਆ ਉਹ ਦੂਜੇ ਬੰਦੇ ਨੂੰ ਵੀ ਹੋ ਗਈ ਇਹਨਾਂ ਨੂੰ ਉਮਰ ਕੈਦ ਹੋ ਗਈ 50 ਸਾਲ ਦੀ ਰਾਦਰ ਕੈਦ ਹੋ ਗਈ ਵੀ ਕਿਉਂਕਿ ਇਹਨਾਂ ਨੇ ਹਥਿਆਰ ਸਪਲਾਈ ਕਰੇ ਕੁਝ ਮਹੀਨੇ ਬਾਅਦ ਹੀ ਉਹਨਾਂ ਨੇ ਸਬੂਤ ਹੋ ਗਿਆ ਸੀ ਉਦੋਂ ਬਾਅਦ ਇਮੀਡੀਏਟਲੀ ਮੈਂ ਹੀ ਪਲੀਜ਼ ਹਾਂਜੀ ਕਈ ਕੁਝ ਮਹੀਨਾ ਬਾਅਦ ਹੀ ਲਿਖਣਾ ਸ਼ੁਰੂ ਕਰਤਾ ਮੈਨੂੰ ਮਾਫ਼ੀ ਦੇ ਦਿਓ ਫਿਰ 13 'ਚ ਲਿਖਿਆ ਪਤਾ ਨਹੀਂ ਕਿੰਨੀ ਹੈ ਤੁਸੀਂ ਤਾਂ ਇੱਕ ਦਿਖਾ ਰਹੇ ਹੋ ਨਾ ਇਹ ਆਰਕਾਈਵ 'ਚ ਪਈਆਂ ਨੇ ਬਰਾੜ ਸਾਹਿਬ ਠੀਕ ਕਰੇ ਨੇ ਆਰਕਾਈਵ 'ਚ ਉਹਨਾਂ ਦੇ ਲਿਖੀਆਂ ਹੋਈਆਂ ਐਂ ਨਹੀਂ ਹੈ ਵੀ ਅੱਜ ਕੱਲ੍ਹ ਐਵੇਂ ਆਪਾਂ ਹੁਣ ਪ੍ਰੋਡਿਊਸ ਕਰ ਦਾਂਗੇ ਕਿੰਨੀਆਂ ਮਾਫ਼ੀਆਂ ਮੰਗੀਆਂ ਪਰ ਜਦ ਉਹਨਾਂ ਨੂੰ ਛੱਡਿਆ ਗਿਆ ਮੈਂ ਜਿਹੜੀ ਗੱਲ 'ਤੇ ਆ ਰਿਹਾ ਉਹ ਹੋਰ 'ਤੇ ਆ ਰਿਹਾ 1919 'ਚ ਜਾਂ ਜੰਨੇ ਵਾਲਾ ਕਾਂਡ ਹੋਇਆ ਪਿੱਛੇ ਮੈਂ ਇੱਕ ਆਰਟੀਕਲ ਲਿਖ ਰਿਹਾ ਸੀ ਮੈਨੂੰ ਕਿਸੇ ਹਰਿਆਣੇ ਵਾਲੇ ਨੇ ਆਖਿਆ ਸਾਨੂੰ ਲਿਖ ਕੇ ਭੇਜ ਦਿਓ ਵੀ 1919 ਦਾ ਇੰਪੈਕਟ ਕੀ ਹੈ ਉਹਦੇ 'ਚ ਮੈਂ ਵੀਰ ਸਵਰਕਰ ਦਾ ਨਾਮ ਤਾਂ ਨਹੀਂ ਲਿਆ ਪਰ ਮੈਂ ਇਹ ਜੋ ਗੱਲ ਕਹੀ ਉਹ ਮੈਂ ਦੱਸਾਂ 1919 ਜੰਨਿਆਂ ਵਾਲੇ ਬਾਗ ਵੇਲੇ ਹਿੰਦੂ ਪਾਣੀ ਮੁਸਲਮਾਨ ਪਾਣੀ ਖਤਮ ਹੋ ਗਿਆ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਿੰਦੂ ਮੁਸਲਮਾਨ ਸਿੱਖ ਅੰਗਰੇਜ਼ ਨੂੰ ਇਸ ਦੀ ਪੈ ਗਈ ਚਿੰਤਾ
अंग्रेज़ ने उदो कम्युनल पॉलिटिक्स शुरू करी और सिख तो नहीं फसे, श्रोमणी कमेटी भी बनी, गुरुद्वारे की आजादी की लहर भी, गुरुद्वारे आजाद कराए, फिर आजादी लहर च भी गए, उन्ने जोर नाल नहीं फसे। पर जे इधरों वीर सावरकर जी ने, उधरों मुस्लिम लीग, ये दो जिहड़ियां 1924 उन्होंने छड्डा जांदा, 23 उन्होंने रत्नागिरी जेल च भेज दिता जांदा भी ताकि चलो अंडेमान तो इत्थे आ जाओ। ये सारी उदों ही उहो इक कढ़दे ने भी हिंदू कौन है, एक पैम्फलेट कढ़दे ने। ते उहदे विच उस वक्त अंग्रेज़ नूं लोड़ सी कि इत्थे डिवाइड करा जावे इन्हां नूं, ते उह डिवाइड करन दे विच वीर सावरकर दा सब तो वड्डी भूमिका है। इधरों हिंदुआं नूं डिवाइड करन वास्ते भी हिंदुआं सी, दूजे पासे मुसलमानां दी हैगी है, सिख उस तरह नहीं हो सके। मैं साधारण सवाल ते आना चाहुंदा करां साहब, सावरकर साहब नूं जिहड़ी गल तुसीं कह रहे हो कि सन्मान देण विच कोई हर्ज तां नहीं है कि है हर्ज? नहीं देना चाहिए ओह, जिन्हां ने, मेरा सवाल है भारत रत्न, भारत रत्न है ना कि ओह किसे इक पॉलिटिकल पार्टी दा। इहदा मतलब जे सावरकर नूं भारत रत्न सन्मान दित्ता जांदा इहदा मतलब हिंदुत्व दी आइडियोलॉजी है ओह उहनूं पक्के पैरी अगे वधाउण दी कोशिश है। आइडियोलॉजी नहीं, उहनां ने जिवें ओह एसी ने कहा, ਮੈਨੂੰ ਸੱਚੀ ਮੁੱਚੀ ਮੈਂ ਬਾਹਰ ਇਹਨਾਂ ਨੂੰ ਕਹਿਣ ਵੀ ਲੱਗਿਆ ਸੀ ਵੀ ਮੈਂ ਕਿਹਾ ਨਹੀਂ ਵੀ ਕੱਲ੍ਹ ਨੂੰ ਗੌਡਸੇ ਨੂੰ ਦੇ ਦੋਗੇ। ਫਿਰ ਤੁਸੀਂ ਪੰਜਾਬ 'ਚ ਦੇਖੋ ਕੀ ਹੋਏਗਾ, ਫਿਰ ਮੈਂ ਹੁਣ ਵੀ ਕਹਿਣਾ ਵੀ ਜਿਹੜਾ ਇਹ ਗੱਲ ਜਦ ਅਸੀਂ ਜਿਹੜੇ ਦੇਸ਼ ਨੂੰ ਡਿਵਾਈਡ ਕਰਦੇ ਨੇ, ਜਿਹੜੇ ਦੇਸ਼ ਨੂੰ, ਸਵਰਕਰ ਸਾਹਿਬ ਨੇ ਤੁਹਾਨੂੰ ਪਤਾ ਵੀ ਇਹਨਾਂ ਨੂੰ ਮੌਤ ਕਿਵੇਂ ਹੋਈ ਆ? ਉਹਨਾਂ ਨੇ ਖਾਣਾ ਮਹੀਨਾ ਛੱਡਤਾ ਵੀ ਹੁਣ ਮੇਰਾ ਤਾਂ ਕੁਛ ਰਿਹਾ ਨਹੀਂ, ਮੈਂ ਕੁਛ ਨਹੀਂ ਕਰ ਸਕਦਾ, ਇਹ ਹਿੰਦੂ ਧਰਮ ਦੀ ਆਈਡੀਓਲੋਜੀ ਹੈ, ਠੀਕ ਹੈ। ਉਹ ਖਾਣਾ ਪੀਣਾ ਛੱਡ ਕੇ ਉਹਨਾਂ ਦੀ ਮੌਤ ਹੋਈ ਹੈ 1960 ਦੇ ਵਿੱਚ, ਠੀਕ ਹੈ, 83 ਸਾਲ ਦੀ ਉਮਰ ਦੇ ਵਿੱਚ। ਐਂ ਨਹੀਂ ਹੈ ਕੋਈ ਆਜ਼ਾਦੀ ਤੋਂ ਬਾਅਦ ਨਹੀਂ ਰਹੇ, ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੇ ਲੋਕਾਂ ਨੂੰ ਐਡਵਾਈਜ਼ ਕਰਨ ਦੇ ਕੰਮ ਕਰੇ। ਸੋ ਜਦ ਤੁਸੀਂ ਲੋਕਾਂ ਨੂੰ, ਇਹੀ ਅਭਿਨਵ ਭਾਰਤ ਹੈ ਜਿਹਦੇ ਆ ਗੌਰੀ ਲੰਕੇਸ਼ ਦੇ ਕਤਲ ਦੇ ਵਿੱਚ ਇਹਨਾਂ ਦਾ ਨਾਮ ਆ ਰਿਹਾ, ਠੀਕ। ਸੋ ਇਸ ਕਰਕੇ ਸਾਨੂੰ ਸੀਰੀਅਸਲੀ ਸੋਚਣਾ ਪਊਗਾ, ਜਿੱਦਾਂ ਤੁਸੀਂ ਲੋਕਾਂ ਨੂੰ ਵੀ ਜਿਹੜਾ ਤੁਹਾਡੇ ਨਾਲ ਡਿਫਰ ਕਰਦਾ ਉਹਨੂੰ ਮਾਰਨ ਤੱਕ ਸਨਮਾਨ ਦੇਣਾ, ਭਾਰਤ ਨੂੰ ਵੰਡਣ ਵੱਲ ਅੱਗੇ ਕਦਮ। ਇੱਕ ਲਾਈਨ 'ਚ ਹੋਰ ਕਹਿਣਾ ਚਾਹੁੰਦਾ, ਇੱਕ ਹੈਗਾ ਰਾਜ ਸਜ਼ਾ ਦਿੰਦਾ ਜਿਹੜਾ ਉਹਦੇ ਵਿਰੁੱਧ ਬੋਲਦਾ, ਇੱਕ ਹੈਗਾ ਤੁਸੀਂ ਭੀੜਤੰਤਰ ਜਾਂ ਕੋਈ ਇਹੋ ਜਿਹੀ ਜੱਥੇਬੰਦੀ ਖੜੀ ਕਰ ਦਿਓ ਜਿਹੜੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦੇ, ਇਹ ਉਦੋਂ ਵੀ ਜ਼ਿਆਦਾ ਡੇਂਜਰ। ਠੀਕ ਹੈ, ਗਰਵਲ ਸਾਹਿਬ, ਸਾਵਰਕਰ ਸਾਹਿਬ ਦਾ ਪਿਛੋਕੜ ਸੰਘ ਸੀਗਾ? ਦੇਖੋ, ਸਾਵਰਕਰ ਸਾਹਿਬ ਦੀ ਵਿਚਾਰਧਾਰਾ ਦਾ ਅਸੀਂ ਸਨਮਾਨ ਕਰਦੇ ਹਾਂ ਔਰ ਉਹਨਾਂ ਨੇ ਵੀ ਦੇਸ਼ ਦੇ ਲਈ ਯੋਗਦਾਨ ਪਾਇਆ। ਔਰ ਜੋ ਅਮਿਤ ਸ਼ਾਹ ਜੀ ਨੇ ਕਿਹਾ ਉਹ ਬਿਲਕੁਲ ਠੀਕ ਆ ਕਿ 1857 ਦਾ ਜਿਹੜੀ ਕ੍ਰਾਂਤੀ ਆ ਉਹਦੀ ਦਿਸ਼ਾ ਹੀ ਕੋਈ ਹੋਰ ਦੇ ਦੇਣੀ ਸੀ ਇਤਿਹਾਸ ਦੇ ਅੰਦਰ, ਅਗਰ ਸਾਵਰਕਰ ਜੀ ਇੰਨਾ ਸੰਘਰਸ਼ ਨਾ ਕਰਦੇ ਔਰ ਨਾ ਉਹਦੇ 'ਤੇ ਕੰਮ ਕਰਦੇ। ਇਹ ਤਾਂ ਕਹਿ ਰਹੇ ਵੰਡਣ ਵਾਲੀ ਸਿਆਸਤ ਕਰਦੇ ਰਹੇ, ਕੋਈ ਵੰਡਣ ਵਾਲੀ ਸਿਆਸਤ ਨਹੀਂ ਕੀਤੀ, ਕੋਈ ਗਲਤ ਕੰਮ ਨਹੀਂ ਉਹਨਾਂ ਨੇ ਕੀਤਾ। ਉਹ ਇੱਕੋ ਹੀ ਗਲਤੀ ਉਹਨਾਂ ਕੋਲੋਂ ਹੋਈ ਆ ਕਿ ਉਹ ਹਿੰਦੂ ਸੀ, ਹਿੰਦੂ ਵਿਚਾਰਧਾਰਾ ਨੂੰ ਮੰਨਦੇ ਸੀ, ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਮੰਨਦੇ ਸੀ, ਅਤੇ ਉਹੀ ਉਹਨਾਂ ਦੀ ਗਲਤੀ ਆ। ਇੱਥੇ ਹਿੰਦੂ ਹੋਣਾ ਔਰ ਹਿੰਦੂ ਕਹਿਣਾ ਜੋ ਬਹੁਤ ਸੰਖਿਅਕ ਨੇ, ਉਹ ਇੱਕ ਪਾਪ ਆ ਕੁਛ ਲੋਕਾਂ ਦਾ। ਸਾਵਰਕਰ ਸਾਹਿਬ ਦਾ ਪਿਛੋਕੜ ਸੰਘ ਰਿਹਾ, ਆਰਐਸਐਸ ਰਹੀ ਆ, ਅਸੀਂ ਸਹਿਮਤ ਹਾਂ ਉਹਨਾਂ ਦੇ ਨਾਲ ਨਾ, ਸੰਘ ਪਿਛੋਕੜ ਹੈ ਸਾਵਰਕਰ ਸਾਹਿਬ ਦਾ, ਬਿਲਕੁਲ ਉਹਨਾਂ ਨੇ ਕੰਮ ਕੀਤਾ, ਕੰਮ ਕੀਤਾ। ਕਲੇਰ ਸਾਹਿਬ, ਜਹੇਦਰ ਸਾਹਿਬ ਨੇ ਕਿਹਾ ਕਿ ਸੰਘ ਨੂੰ ਬੈਨ ਕਰ ਦੇਣਾ ਚਾਹੀਦਾ, ਇਹਦਾ ਮਤਲਬ ਜਥੇਦਾਰ ਸਾਹਿਬ ਜੋ ਕਹਿ ਰਹੇ ਆ ਅਕਾਲੀ ਦਲ ਉਸ ਦੇ ਖਿਲਾਫ਼ ਹੈ? ਅਕਾਲੀ ਦਲ ਉਸਦੇ ਖਿਲਾਫ਼ ਨਹੀਂ ਹੈਗਾ ਜੀ। ਤੁਸੀਂ ਹੁਣ KP ਜੀ ਦੋ ਗੱਲਾਂ ਨੂੰ ਮਿਕਸ ਕਰ ਰਹੇ ਹੋ, ਇੱਕ ਸਾਵਰਕਰ ਸਾਹਿਬ ਨੂੰ ਮਿਕਸ ਕਰ ਰਹੇ ਹੋ, ਦੂਜਾ ਤੁਸੀਂ RSS ਨੂੰ ਉਹਨਾਂ ਦੇ ਨਾਲ, ਇਕੱਲੇ ਸਾਵਰਕਰ ਸਾਹਿਬ RSS ਨਹੀਂ ਹੈਗੇ। ਜੋ ਬਿਆਨ ਦੇ ਪਿੱਛੇ, ਜੋ ਹੁਣ ਆਈਡੀਓਲੋਜੀ ਦੇ ਪਿੱਛੇ ਜਥੇਦਾਰ ਸਾਹਿਬ ਨੇ ਹੁਣ ਉਹ ਬਿਆਨ ਦਿੱਤਾ, ਤਾਂ ਉਹ ਜਿਹੜੀ ਹੁਣ ਬਿਆਨ ਆ ਰਹੇ ਨੇ RSS ਵੱਲੋਂ ਕਿ ਜੀ ਇਹ ਹਿੰਦੂ ਰਾਸ਼ਟਰ ਹੈ, ਉਹਦਾ ਵਿਰੋਧ ਆ। ਹੁਣ ਤੁਸੀਂ ਇਕੱਲਾ ਇਹ ਸੋਚੋ, ਇਹਦਾ ਮਤਲਬ ਸਾਵਰਕਰ ਸਾਹਿਬ ਦੀ ਜੋ ਆਈਡੀਓਲੋਜੀ ਆ ਅਕਾਲੀ ਦਲ ਉਸ ਨਾਲ ਸਟੈਂਡ ਕਰਦਾ? ਸਾਵਰਕਰ ਸਾਹਿਬ ਦੀ ਆਈਡੀਓਲੋਜੀ ਨਾਲ ਅਕਾਲੀ ਦਲ ਦੀ ਆਈਡੀਓਲੋਜੀ ਟੋਟਲੀ ਡਿਫਰੈਂਟ ਹੈ। ਤੁਸੀਂ ਅਕਾਲੀ ਦਲ ਸਟੈਂਡ ਕਰਦਾ ਜਾਂ ਨਹੀਂ ਕਰਦਾ? ਅਕਾਲੀ ਦਲ ਦੀ ਆਈਡੀਓਲੋਜੀ ਟੋਟਲੀ ਡਿਫਰੈਂਟ ਹੈ। ਅਕਾਲੀ ਦਲ ਇੱਕ ਸਿੱਖ ਬੇਸਡ ਪਾਰਟੀ ਹੈ, ਅਕਾਲੀ ਦਲ ਸਾਵਰਕਰ ਦੀ ਆਈਡੀਓਲੋਜੀ ਨੂੰ ਸਟੈਂਡ ਕਰਦਾ, ਆਈਡੀਓਲੋਜੀ ਨਾਲ ਮਿਕਸ ਕਿੱਦਾਂ ਕਰ ਸਕਦੇ ਤੁਸੀਂ? ਆਈਡੀਓਲੋਜੀ ਡਿਫਰੈਂਟ ਹੈ। ਤੁਸੀਂ ਕਹ ਰਹੇ ਸੀ, ਸਾਵਰਕਰ ਸਾਹਿਬ ਦਾ ਨਾਮ ਆਇਆ, ਚਲੋ ਹੁਣ ਠੀਕ ਹੈ, ਭਗਤ ਸਿੰਘ ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ, ਮੈਂ ਤਾਂ ਤੁਹਾਨੂੰ ਸਵਾਲ ਕਰ ਰਿਹਾ। ਮੈਂ KP ਜੀ ਤੁਹਾਨੂੰ ਸ਼ੁਰੂ 'ਚ ਵੀ ਇਹ ਗੱਲ ਕਹੀ ਸੀ ਕਿ ਭਾਰਤ ਰਤਨ ਦੇਣਾ ਜਾਂ ਨਾ ਦੇਣਾ, ਇਹ ਸਰਕਾਰ ਨੇ ਦੇਖਣਾ, ਸਰਕਾਰ ਨੇ ਪੈਰਾਮੀਟਰਸ ਤੈਅ ਕਰਨੇ ਆ ਕਿ ਕਿਹਨੂੰ ਭਾਰਤ ਰਤਨ ਦਿੱਤਾ ਜਾਣਾ। ਹਾਲੇ ਤਾਂ ਅਕਾਲੀ ਦਲ ਚੁੱਪ ਹੈ ਇਸ ਮਾਮਲੇ 'ਤੇ? ਅਕਾਲੀ ਦਲ ਚੁੱਪ ਨਹੀਂ ਹੈਗਾ, ਫਿਰ ਮੈਂ ਉੱਥੇ ਆ ਗਿਆ ਕਿ ਨਾ ਅਕਾਲੀ ਦਲ ਜਵਾਬ ਵੀ ਨਹੀਂ ਬੋਲਣ। ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਫਿਰ RSS ਦੇ ਸਵਰਕਰ ਸਾਹਿਬ ਵਾਪਸ ਆਵਾਂਗੇ। ਠੀਕ ਸਾਹਿਬ ਦੇ ਬਿਆਨ ਦਾ ਸਨਮਾਨ ਕਰਦਾ ਤੇ ਉਹਨਾਂ ਦੇ ਨਾਲ ਖੜਾ। ਠੀਕ ਹੈ, ਚਲੋ ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਗੱਲ ਇਤਿਹਾਸ ਦੀ ਵੀ ਹੈ ਕੀ ਹੈ, ਜਦੋਂ ਇਤਿਹਾਸ ਬਦਲਣ ਦਾ ਜ਼ਿਕਰ ਹੁੰਦਾ ਤੇ ਫਿਰ ਉਦੋਂ ਵੀ ਸਵਾਲ ਉੱਠਦੇ ਹੈ ਕਿ ਇਤਿਹਾਸ ਦੇ ਵਿੱਚ ਸੰਘ ਦੀ ਐਂਟਰੀ ਦੇ ਲਈ ਇਹ ਸਾਰਾ ਰੌਲਾ ਤਾਂ ਨਹੀਂ ਪਾਇਆ ਜਾ ਰਿਹਾ? ਬ੍ਰੇਕ ਤੋਂ ਵਾਪਸ ਆ ਕੇ ਸਵਾਲ ਪੁੱਛੂਗਾ ਜ਼ਰੂਰ। ਅਸੀਂ ਇੱਕੋ ਸਵਾਲ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਦੇਸ਼ ਦਾ ਸਰਵਉੱਚ ਸਨਮਾਨ ਭਾਰਤ ਰਤਨ ਦੇਣ ਦੇ ਪੈਮਾਨੇ 'ਚ ਸਿਆਸਤ ਕਿਉਂ? ਬਰਾੜ ਸਾਹਿਬ, ਮੈਂ ਪਿਛਲੇ ਸੈਗਮੈਂਟ ਦੇ ਵਿੱਚ ਇੱਕ ਸਵਾਲ ਛੱਡ ਕੇ ਗਿਆ ਸੀਗਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਸੰਘ ਦੀ ਐਂਟਰੀ ਦੇ ਲਈ ਇਹ ਸਾਰਾ ਰੌਲਾ ਤਾਂ ਨਹੀਂ ਪਾਇਆ ਜਾ ਰਿਹਾ? ਜੀ ਦੇਖੋ, ਬ੍ਰਿਟਿਸ਼ ਇੰਪੀਰੀਅਲਿਸਟ ਜਿਹੜੇ ਸੀ ਨਾ, ਬੜੇ ਬਹੁਤ ਹੀ ਚਲਾਕ ਲੋਕ ਸੀ।
उन्होंने डिवाइड एंड रूल की पॉलिसी जी है दो विचारधारा के मोढ़िया रख के चलाई। एक सी हिंदू महासभा जिदा लीडर है वीर सावरकर, जिन्हों बहुत वड्डा प्राइज देना चाहते, बड़ा हीरो बनाना चाहते देश का, वो दूसरे जमाती सलामी, और दोवां ने दंगे इन्ने रज के कराए सारे मुल्क च, और उस नीति ते अज चल रहे हैं। उदों ब्रिटिश दे स्टूज सी, ये ब्रिटिश दे बूटचट सी, मैं कहना चाहना ये लोग, ये विचारधारा वाले लोग, और हुण उस तरह ये कारपोरेट सैक्टर दे है। हुण ये लोगों का कोई संबंध नहीं ना कारपोरेट अदानी ते अंबानी दे है। प्रधानमंत्री हिंदुस्तान का जावे, जिहड़ा पहला एग्रीमेंट होया सी रफेल दे सवाल दे उत्ते, उहनूं डिवाइड करके खत्म करके उसनूं अंबानी नूं दे देवे, जिहदा कोई माड़ा मोटा एक्सपीरियंस नहीं, ये शो की करता है। दे आर वो हुण कारपोरेट सैक्टर दी है। इसे डिवाइड एंड रूल की नीति तो हुण चल रही, पहला भी चले, हुण हिंदू मुसलमान सारे पासे हिंदू मुसलमान दंगे कराओ, ये करो, हुण डिवाइड फेर करना चाहते, सेवा है कारपोरेट सैक्टर की करना चाहते, अगे ब्रिटिश नहीं, जे सावरकर नूं सम्मान दिंदे ते उहदा की सुनेहा हो जाऊगा? क्यों दिंदे आ, इह देश नेशन का सवाल है, लोगों का सवाल है, बिना बिना सम्मान दिते नहीं उह सारा कुछ कर सकते? नहीं नहीं, सम्मान दिता, एक एक क्यों हीरो बनाइए, जिहड़ा बंदा जिन्होंने गदारी की है, जिन्होंने माफिया मंगी है, जिन्होंने सेवा की ब्रिटिश की साम्राज की टौटगिरी की है, वह नाम क्यों हक दे हुण, क्यों हुण? इह देश की तुहीन है, नेशन की तुहीन है, ये सवाल गौरमेंट का नहीं, समुचे नेशन की है, ये बाबे गदरिया की तुहीन है, ये देश भगतों की तुहीन है, ये भगत सिंह राजगुरु सुखदेव की तुहीन है, इवन अकाली बबलों की तुहीन है, जिहदे पैरोकार। कलेर साहब, इस सवाल का जवाब दे दो कृपा करके, मैं तुहाडे तों बहुत ईमानदारी नाल इस जवाब की उड़ीक करदा। मैं के पी जी बड़ी ईमानदारी नाल तुसीं फिर दोबारा उसे गल ते आ जांदे हो, मैं ये गल मैं थोड़ी कर रहा है, ब्राड साहब ने सवाल खड़े किए, मैं तो पता भी नहीं इन्हां दे नाम विचारां दे जिहड़े ये दसदे पए आ, मैं तो पता भी नहीं। सावरकर साहब का नाम अज बीजेपी ने प्रपोज किया, महाराष्ट्र यूनिट ने प्रपोज किया, मोदी साहब उहदी गल करदे आ। मैं फिर दोबारा उसे गल ते आना कि ये देना ना देना, तुसीं इहदे च ये गल कित्थों आ गई कि अकाली दल दे विच की होया, देना ना देना फिर पैरामीटर्स ने, गवर्नमेंट ने किहनूं देना किहनूं नहीं देना, और फिर ये गल नूं मैं दोबारा और कहना कि अज तो अकाली दल तो अगे सवाल ये है, ब्राड साहब ये सवाल कर रहे हैं कि जदों ये गल हुंदी है ना देश दी तुहीन है, शहीद आजम सरदार भगत सिंह, राजगुरु सुखदेव, कोई भी बंदा एडी वड्डी शख्सियत कोई नहीं कि भगत सिंह की तुहीन कर दे या सुखदेव या राजगुरु की, उन्होंने एक अपना कदा, और उन्होंने छोटा करके देखने वाली गल होगी अगर तुम अज उन्होंने कहो कि जी इन्हों सम्मान देना मतलब असीं खड़ रहे हैं, असीं कह रहे हैं कि स्वागत करांगे जे भगत सिंह नूं, राजगुरु नूं, मैं तो यह कह रहा कि अज इस गल दी स्वागत है कि भगत सिंह राजगुरु दा नां दा चलिया। चलो सावर, जे सावर कर, जे सावर कर दा सम्मान मिलदा है, आर्गुमेंट है, जे देण दा स्वागत करांगे, कहदा नहीं ना रे, कह रहे हैं, मंग रहे हैं, कह रहे हैं स्वागत, सही कह रहे हैं, सावर कर दे भारत दा सम्मान दा स्वागत करदा अकाली दल। मैं फिर उत्थे आ गया जी, अकाली दल दा इहदे ना अकाली दल देण वालियां च, जे अकाली दल सरकार समझदी है, जे सरकार समझदी है कि सावरकर साहब नूं सम्मान देना तो देण, ना अकाली दल रिकमेंडिंग अथॉरिटी, ना अकाली दल दे विच कोई। हरसिमरत कौर बादल इहदा स्वागत करनगे, उह तां कैबिनेट इहो ही दस सकदे ने जी, हरसिमरत कौर बादल इहदा अकाली दल हरसिमरत कौर बादल तों वख है। मैं अकाली दल दा, मैं उहनां दा जो बयान है उह मैं तुहानूं किद्दां कह सकदा, उहनां दा बयान उह देणगे, मैं उहनां दे बिहाफ ते किद्दां स्टेटमेंट देवां। बहुत चंगा लग्गा कलेर साहब, सारे दर्शक देखदे पर उहनूं पता लग गया तुसीं अकाली दल कित्थे खड़ा अज। हांजी ब्राड साहब की बोल रहे? मैं कमेंट ये करना चाहता सी भी ये अकाल तख्त दे जथेदार ने हिम्मत करके पहली दफा अटै उन्होंने जवाब दिता भी RSS दे मुखिया ने, भागवत ने जो कहा हिंदू स्टेट है, उन्हें ठोक के कहा भी ये इनू RSS नू बैन होना चाहिए, निखेधी कर दिया सी। पर अफसोस है भी अकाली जी पोलिटिकल पार्टी अपने आप घट गिनतियां दी, सिखां दी और अकालियां दी, बाबियां दी पैरोकार पुछना चाहुंदा, हरसिमरत कौर या प्रकाश सिंह बादल क्यों नहीं बोलते, क्यों मूँह च कुंगड़ियां पाईआं उन्होंने? वाई दे डॉट स्पीकर। मैं नहीं हुण इस गल दा, एक मिनट इस गल दा जवाब लै लैण जी, इह किस गल नूं कित्थे लैके जा रहे ने। मैं फिर दोबारा कह रहा कि अकाल तख्त दे जथेदार साहब सिख पंथ दी सरमौर शख्सियत आ, उहनां दा क्या होया, एक एक शब्द सिर मत्थे ते, और अगर अज उहनां ने कोई बयान दिता हैगा कि RSS जिहड़ी कि देश नूं वंडण दा काम कर रही है उहदे ते बैन लाया जावे, हर सिख दा उहनां दे अगे, उहनां दे बयान दे अगे, उहनां दी विचारधारा दे अगे सिर चुकदा है। फिर उरे द्वारे गल है कि तुसीं इस गल नूं नहीं मान सकदे कि कल्ला सावरकर साहब ही सारी RSS नहीं हैगे। RSS इक इंस्टीट्यूशन है जिन्हें अज बयान दिता है, तो जिहदे अकाल तख्त जथेदार साहब ने अपना बयान दिता है। ठीक है, तुसीं कल्ला सावरकर साहब नूं एड्डा वड्डा करता है, सावरकर साहब ही कल्ले RSS है, तुसीं कहना चाह रहे हो
ਕਿ ਸਵਰਕਰ ਸਾਹਿਬ ਆਰਐਸਐਸ ਦੇ ਪ੍ਰਧਾਨ ਹੈ ਉਹਦੇ ਖਿਲਾਫ ਬਿਆਨ। ਮੈਂ ਸਵਾਲ ਸਿੱਧਾ ਕਰ ਦਿੰਦਾ, ਤੁਸੀਂ ਕਹਿ ਰਹੇ ਹੋ ਕਿ ਆਰਐਸਐਸ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ, ਸੁਣ ਲਓ ਜਸਦਾਰ ਸਾਹਿਬ ਨੇ ਜੋ ਕਿਹਾ ਅਕਾਲੀ ਦਲ ਉਸਦੇ ਨਾਲ ਸਟੈਂਡ ਕਰਦਾ, ਇਹੀ ਗੱਲ ਕਹਿ ਰਹੇ ਹੋ? ਬਿਲਕੁਲ ਕਰਦਾ। ਤੁਸੀਂ ਇਸ ਤੇ ਬਿਆਨ ਦੇ ਸਕਦੇ ਹੋ ਜੋ ਗਰਗ ਸਾਹਿਬ ਨੇ ਕਿਹਾ ਕਿ ਮਿਸਟਰ ਸਾਵਰਕਰ ਨੇ ਦੇਸ਼ ਨੂੰ ਵੰਡਣ ਦੀ ਸਿਆਸਤ ਕੀਤੀ, ਅਕਾਲੀ ਦਲ ਸਾਵਰਕਰ ਨੂੰ ਦੇਸ਼ ਦੀ ਵੰਡਣ ਵਾਲੀ ਸਿਆਸਤ 'ਚ ਖੜਾ ਕਰਨਾ ਚਾਹੁੰਦਾ ਜਾਂ ਨਹੀਂ? ਜਿੱਥੇ ਤੱਕ ਡਾਕਟਰ ਸਾਹਿਬ ਦੀ ਇਹ ਗੱਲ ਹੈਗੀ ਹੈ ਕਿ ਜੀ ਸਾਵਰਕਰ ਨੇ ਦੇਸ਼ ਨੂੰ ਵੰਡਣ ਦੀ ਸਿਆਸਤ ਕੀਤੀ, ਜਾਂ ਮੈਂ ਉਸ ਗੱਲ ਦੇ ਬਾਰੇ, ਅਗਰ ਮੈਂ ਪਰਸਨਲ ਤੌਰ 'ਤੇ ਮੈਨੂੰ ਕੋਈ ਨੌਲੇਜ ਨਹੀਂ, ਪਰ ਹਾਂ ਮੈਂ ਇਸ ਗੱਲ ਨੂੰ ਜ਼ਰੂਰ ਕਹੂੰਗਾ ਕਿ ਜੋ ਚੀਜ਼ਾਂ ਔਨ ਰਿਕਾਰਡ ਨੇ, ਜਿਹੜੀਆਂ ਉਹਨਾਂ ਦੀ ਮਾਫੀਆ ਔਨ ਰਿਕਾਰਡ ਨੇ, ਪਰ ਉਹਦੇ ਨਾਲ ਤੁਸੀਂ ਇਹ ਵੀ ਨਹੀਂ ਝੁਠਲਾ ਸਕਦੇ ਕਿ ਉਹਨਾਂ ਨੇ ਦੇਸ਼ ਲਈ ਸ਼ਾਇਦ ਕੋਈ ਕੰਮ ਹੀ ਨਹੀਂ ਕੀਤਾ। ਸੋ ਮੈਂ ਫਿਰ ਦੁਬਾਰਾ ਕਹਿੰਦਾ ਕਿ ਕੋਈ ਪੈਰਾਮੀਟਰਸ ਹੋਣੇ ਚਾਹੀਦੇ ਨੇ। ਇਹ ਆਰਐਸਐਸ ਨਾਲ ਸਾਵਰਕਰ ਸਾਹਿਬ ਇਕੱਲੇ ਆਰਐਸਐਸ ਨਹੀਂ ਹੈਗੇ, ਉਹਨਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਪਲੀਜ਼ ਮਿਸਕੋਟ ਨਾ ਕੀਤਾ ਜਾਵੇ ਉਰੇ, ਇਹ ਮੇਰੀ ਬੇਨਤੀ। ਸਾਵਰਕਰ ਸਾਹਿਬ ਆਜ਼ਾਦੀ ਗੁਲਾਟੀ ਰਹੇ? ਦੇਖੋ ਇਹ ਕਹਿਣਾ ਆਜ਼ਾਦੀ ਜਿਹੜਾ ਪਹਿਲਾਂ ਉਹਨਾਂ ਦਾ ਜੀਵਨ ਸੀ, ਸ਼ੁਰੂ 'ਚ ਤਾਂ ਉਹਨਾਂ ਨੇ ਆਜ਼ਾਦੀ ਗੁਲਾਟੀ ਵਾਲੀ ਗੱਲ ਹੀ ਕਰੀ, ਐਂ ਨਹੀਂ ਆਇਆ, ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ, ਪਰ ਸਾਰੇ ਲੈ ਕੇ ਚੱਲਾਂਗੇ। ਹਾਂ, ਜਦ ਉਹ ਉੱਥੇ ਇੱਕ ਵਾਰੀ ਜੇਲ੍ਹ ਚੱਲੇ, ਪਹਿਲੀ ਗੱਲ ਤਾਂ ਇਹ ਹੈ ਵੀ ਆਈਡੀਆ ਉਹਨਾਂ ਦਾ ਇੱਦਾਂ ਹੀ ਹੁੰਦਾ ਵੀ ਜਿਹੜੇ ਆਪ ਭੱਜੋ ਅਤੇ ਦੂਜੇ ਨੂੰ ਫਾਂਸੀ 'ਚ ਲਾਓ, ਮਤਲਬ ਢੀਂਗਰਾ ਇਸ ਤਰ੍ਹਾਂ ਹੀ ਹੋਇਆ। ਸਾਡੇ ਬਹੁਤ ਸਾਰੇ ਰਿਸ਼ਤੇਦਾਰ ਸਾਨੂੰ ਕਹਿੰਦੇ, ਮੈਨੂੰ ਕਹਿੰਦੇ ਰਹੇ ਵੀ ਆਪ ਦਾ ਬਚਾਓ ਕਰੀਦਾ ਹੁੰਦਾ, ਦੂਜੇ ਨੂੰ ਨਹੀਂ ਤਾਂ ਫਿਰ ਤੁਸੀਂ ਮਾਰੇ ਜਾਓਗੇ। ਸੋ ਇਹ ਇੱਕ ਡਰੋ ਜੀ ਇਹਨਾਂ ਦੀ ਵੀ ਦੂਜਾ ਜਿਹੜਾ ਮਰਜ਼ੀ, ਔਰ ਅਸੀਂ ਇੱਕ ਵਾਰੀ ਨਹੀਂ ਦੇਖਿਆ, ਟ੍ਰੇਡ ਯੂਨੀਅਨ 'ਚ ਰੋਜ਼ ਹੀ ਦੇਖਦੇ ਹਾਂ ਇਸ ਗੱਲ ਨੂੰ। ਉਹਦੇ ਵਿੱਚ ਸਾਵਰਕਰ ਸਾਹਿਬ ਨੇ ਦੂਜੀ ਗੱਲ, ਜਦ ਬੰਦਾ ਜੇਲ੍ਹ 'ਚ ਜਾ ਕੇ 5 ਮਹੀਨਾ ਬਾਅਦ ਮਾਫ਼ੀ ਮੰਗਣ ਲੱਗ ਗਿਆ, ਔਰ ਮੈਂ ਇਹਨਾਂ ਦੇ ਸਾਡੇ ਟ੍ਰੇਡ ਯੂਨੀਅਨ 'ਚ 20 ਵਾਰੀ ਮਾਫ਼ੀ ਮੰਗਦੇ ਦੇਖੇ ਨੇ ਬੰਦੇ, ਬਿਲਕੁਲ ਹੀ ਮੈਂ ਥੋੜ੍ਹਾ ਯਾਰ ਇੱਕ ਮਿੰਟ ਗਰਬਲ ਸਾਹਿਬ, ਦੇਸ਼ ਦੀ ਆਜ਼ਾਦੀ ਦੇ ਲਈ ਕਿਸੇ ਸੰਘ ਦੇ ਕਿਸੇ ਕਾਰਕੁਨ ਨੇ ਕੋਈ ਸ਼ਹਾਦਤ ਦਿੱਤੀ ਹੈ? ਜੇ ਸ਼ਹਾਦਤ ਕਿੰਨੀਆਂ ਦਿੱਤੀਆਂ ਤੇ ਮਾੜਾ ਕੋਈ ਅੰਕੜੇ ਦੱਸ ਸਕਦੇ ਹੋ? ਵਾਰ-ਵਾਰ ਇਹ ਸਵਾਲ ਕੀਤਾ ਜਾਂਦਾ, ਦੇਸ਼ ਦੀ ਏਕਤਾ ਅਖੰਡਤਾ ਲਈ ਪੰਜਾਬ 'ਚ ਕਿੰਨੀਆਂ ਸ਼ਹਾਦਤਾਂ ਦਿੱਤੀਆਂ, ਕਸ਼ਮੀਰ 'ਚ ਕਿੰਨੀਆਂ ਦਿੱਤੀਆਂ, ਨਾਰਥ ਈਸਟ 'ਚ ਕਿੰਨੀਆਂ? ਮੈਂ ਦੇਸ਼ ਦੀ ਆਜ਼ਾਦੀ ਲਈ ਗੱਲ ਕਰ ਰਿਹਾ, ਸਮਝ ਗੱਲ, ਮੈਂ ਦੇਸ਼ ਦੀ ਆਜ਼ਾਦੀ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਯੋਗਦਾਨ ਦੀ ਗੱਲ ਕਰ ਰਿਹਾ। ਉਸ ਵੇਲੇ ਆਰਐਸਐਸ ਕੋਈ ਅਲੱਗ ਸੰਘਰਸ਼ ਨਹੀਂ ਕਰ ਰਹੀ ਸੀ, ਕਾਂਗਰਸ ਦੇ ਨਾਮ 'ਤੇ ਹੀ ਸਾਰੇ ਲੋਕ ਸੰਘਰਸ਼ ਕਰ ਰਹੇ ਸੀ। ਸਾਡੇ ਪਹਿਲੇ ਆਰਐਸਐਸ ਦੇ ਸੰਸਥਾਪਕ ਜਿਹੜੇ ਸੀ ਉਹ ਕਾਂਗਰਸ ਸੇਵਾ ਦਲ ਦੇ ਵੀ ਪ੍ਰਧਾਨ ਸੀ ਰਹੇ ਸੀ, ਔਰ ਉਸ ਤੋਂ ਬਾਅਦ ਉਹਨਾਂ ਨੇ ਇਹਦੀ ਸਥਾਪਨਾ ਕੀਤੀ। ਇਸ ਕਰਕੇ ਐਵੇਂ ਕਈ ਜਾਣਾ ਇਲਜ਼ਾਮ ਲਾਉਣੇ ਗਲਤ ਆ ਵੀ ਜਦ ਇੱਕ ਜਿਹੜਾ ਅੰਗਰੇਜ਼ ਦਾ ਰਾਜ ਸੀ ਜਿਹਦੇ ਖਿਲਾਫ਼ ਹਿੰਦੁਸਤਾਨ ਦੀ ਜਨਤਾ ਉੱਠੀ ਹੋਈ ਸੀ, ਹਿੰਦੁਸਤਾਨ ਨੇ ਪਤਾ ਨਹੀਂ ਕਿੰਨੀਆਂ, ਖਾਸ ਕਰਕੇ ਪੰਜਾਬ ਨੇ ਤਾਂ ਬਹੁਤ ਜ਼ਿਆਦਾ ਉਹਦੇ 'ਚ ਅਤੇ ਬੰਗਾਲ ਨੇ ਸਫ਼ਰ ਕਰਿਆ, ਸ਼ਹੀਦੀਆਂ ਇੰਨੀਆਂ ਯੂਪੀ 'ਚੋਂ, ਬਿਹਾਰ 'ਚੋਂ, ਇਹ ਨਹੀਂ ਆਜ਼ਾਦੀ ਲਾਟੀ ਇਕੱਲੇ ਅਸੀਂ ਨਹੀਂ ਸੀਗੇ, ਬਹੁਤ ਜ਼ਿਆਦਾ ਜਿਵੇਂ ਬਾਬਰ ਅਕਾਲੀਆਂ ਦੀ ਗੱਲ ਹੋਈ ਹੈ, ਹੈ ਜਿਹੜਾ ਈਵਨ SDPC ਦੇ ਮੋਰਚੇ ਸੀਗੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ, ਕਹਿੰਦੇ ਹੁਣ ਵੱਡੇ ਦੇਸ਼ ਨੂੰ, ਅਕਾਲੀ ਮੋਰਚੇ, ਅਕਾਲੀ ਮੋਰਚਿਆਂ ਦਾ ਬੜਾ ਵੱਡਾ ਇਤਿਹਾਸ ਰਿਹਾ। ਸੋ ਜਿਹੜੇ ਬੰਦੇ ਨੇ ਉਸ ਫੋਰਨ ਪਾਵਰ ਤੋਂ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਗਲਤੀ ਨਾਲ ਇੱਕ ਵਾਰੀ ਹੋ ਸਕਦਾ, ਦੋ ਵਾਰੀ ਹੋ ਸਕਦਾ, ਜੇ ਉਹਨਾਂ ਨੇ ਬਾਰ ਬਾਰ ਵੀ ਮੈਂ ਜੀ ਤੁਹਾਡੀ ਕਾਲੀ ਕੋ ਮੈਨੂੰ ਤੁਸੀਂ ਬਖਸ਼ ਦਿਓ, ਮੈਂ ਬਾਹਰ ਜਾ ਕੇ ਤੁਹਾਡੀ ਸੇਵਾ ਕਰਾਂਗਾ, ਉਹ ਸੇਵਾ ਕਰੀ ਹੈ 1937 ਤੱਕ, ਇੱਕ ਮਿੰਟ ਬੇਨਤੀ ਸੁਣੋ, 1937 ਤੱਕ ਉਹਨਾਂ ਨੂੰ ਛੱਡ ਦਿੱਤਾ, ਪਰ ਉਹ ਅੰਦਰ ਸਰਵੇਲੈਂਸ ਸੀ ਵੀ ਸੇਵਾ ਕਰਦੇ ਵੀ ਨੇ ਕਿ ਨਹੀਂ। 10 ਮਈ 1937 ਨੂੰ ਉਹਨਾਂ ਦੀ ਇੰਟਰਨਲਮੈਂਟ ਖਤਮ ਹੋਈ ਆ। ਠੀਕ ਹੈ ਮੈਂ ਹੋਰ ਥੋੜ੍ਹਾ 24 'ਚ ਛੱਡ ਦਿੱਤੇ, 13 ਸਾਲ ਅੰਗਰੇਜ਼ ਨੇ ਨਜ਼ਰ ਰੱਖੀ ਵੀ ਜਿਹੜਾ ਇਹ ਕਹਿ ਕੇ ਆਏ ਨੇ ਇਹ ਸਾਡਾ ਕਰ ਵੀ ਰਹੇ ਨੇ, ਇਟ ਇਜ਼ ਔਨ ਰਿਕਾਰਡ, ਮੈਂ ਤੁਹਾਨੂੰ ਕਹਿ ਰਿਹਾ, ਠੀਕ ਹੈ, ਰਿਕਾਰਡ 'ਤੇ ਹੈ। ਇਸ ਕਰਕੇ ਜਦ ਅਸੀਂ ਉਦੋਂ ਬਾਅਦ ਜਦ ਉਹ ਖਤਮ ਹੋਈ 10 ਦਸੰਬਰ 1937 'ਚ ਉਹਨਾਂ ਹਿੰਦੂ ਆਂਸਾ ਵਾਲਾ ਬਣਾ ਤਾ, ਉਹਨਾਂ ਨੇ ਕਿਹਾ ਵੀ ਮੁਸਲਮਾਨ ਫਲਾਣਾ ਗਿਣੇ ਹੋਏ ਨੇ, ਉਹਨਾਂ ਦੇ ਆਪਦੇ ਲਿਸਟਾਂ 'ਚ ਨੇ ਇਹ ਵੀ ਆਹ ਬੰਦੇ, ਦੇਸ਼ ਨੂੰ ਉਹ ਕਹਿੰਦੇ ਹਿੰਦੂ ਦਾ ਗੱਲ ਹੀ ਨਹੀਂ, ਮੈਂ ਤਾਂ ਹਿੰਦੂ ਤਵਾ ਦੀ ਗੱਲ ਕਰ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਜਦੋਂ ਸਾਵਰਕਰ ਨੂੰ ਭਾਰਤ ਸਨਮਾਨ ਦਾ ਜ਼ਿਕਰ ਹੁੰਦਾ ਤੇ ਉਦੋਂ ਮਹਾਤਮਾ ਗਾਂਧੀ ਅਤੇ ਨਥੂਰਾਮ ਗੋਡਸੇ ਦਾ ਜ਼ਿਕਰ ਕਿਉਂ ਹੋ ਰਿਹਾ? ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਾਰੇ ਸਵਾਲ ਹੋਣਗੇ। ਸਵਾਲ ਇੱਕੋ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਦੇਸ਼ ਦਾ ਸਰਵ ਸਨਮਾਨ ਭਾਰਤ ਰਤਨ ਦੇਣ ਦੇ ਪੈਮਾਨੇ 'ਚ ਸਿਆਸਤ ਕਿਉਂ ਹੈ? ਗਰਵਲ ਸਾਹਿਬ, ਹਾਂਜੀ, ਮਹਾਤਮਾ ਗਾਂਧੀ ਅਤੇ ਨਥੂਰਾਮ ਗੋਡਸੇ ਦਾ ਜ਼ਿਕਰ ਕਿਉਂ ਹੋ ਰਿਹਾ ਜਦੋਂ ਜ਼ਿਕਰ ਹੁੰਦਾ ਸਾਵਰਕਰ ਸਾਹਿਬ ਦੀ ਬਾਰੇ ਭਾਰਤ ਰਤਨ? ਇੱਕ ਮਿੰਟ, ਮੈਂ ਜਿਹੜਾ ਪਹਿਲਾਂ ਗੱਲ ਹੋ ਰਹੀ ਸੀ ਇਹਨਾਂ ਨੇ ਵੀ ਕੀਤੀ ਹੈ, ਡਾਕਟਰ ਪੈਰਲਾ ਗਰਗ ਜੀ ਨੇ ਵੀ, ਜਿਹੜਾ ਸਾਵਰਕਰ ਜੀ ਦੀ ਜਿਹੜੀ ਸੋਚ ਸੀ ਹਿੰਦੂਤਵਾ ਦੀ, ਉਹ ਗੱਲ ਕਰਦੇ ਸੀ ਜਿਹੜੀ, ਉਹ ਜੀਵਨ ਜੀਣ ਦੀ ਸਾਡੀ ਇੱਕ ਪੱਧਤੀ ਹੈ, ਸਾਡਾ ਇੱਕ ਕਲਚਰ ਆ, ਅਤੇ ਉਸ ਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ ਹੈਗਾ, ਭਾਰਤ ਦੀ ਉੱਚਤਮ ਅਦਾਲਤ ਨੇ ਵੀ ਮੰਨਿਆ। ਤੁਹਾਡੇ ਵਿਰੋਧੀ ਇਹ ਗੱਲ ਕਹਿ ਰਹੇ, ਤੁਹਾਡੇ ਵਿਰੋਧੀ ਇਹ ਲੋਕ ਸੁਪਰੀਮ ਕੋਰਟ ਦਾ ਵੀ ਸਨਮਾਨ ਨਹੀਂ ਕਰਦੇ, ਇਹ ਲੋਕ ਸਾਡਾ ਵਿਰੋਧ ਕਰਦੇ ਕਰਦੇ ਉੱਥੋਂ ਤੱਕ ਚਲੇ ਜਾਂਦੇ ਆ ਜਿੱਥੇ ਤੱਕ ਨਹੀਂ ਜਾਣਾ। ਮੈਂ ਇਹੀ ਸਵਾਲ ਕਰਨਾ ਚਾਹੁੰਦਾ ਕਿ ਮਹਾਤਮਾ ਗਾਂਧੀ ਦੇ ਕਤਲ ਦੇ ਨਾਲ ਉਹਨਾਂ ਦਾ ਨਾਮ ਕਿਉਂ ਜੁੜਦਾ ਹੈਗਾ?
ਬਿਲਕੁਲ ਉਸ 'ਚ ਇਨਵੋਲਵ ਨਹੀਂ ਸੀ ਉਹਨਾਂ ਨੂੰ ਬਾਅਦ 'ਚ ਇਹਦੇ 'ਚ ਕੀ ਕਿਹਾ ਗਿਆ ਉਸ ਵੇਲੇ ਤਾਂ ਲੋਕ RSS ਦਾ ਵੀ ਨੌਲੇਜ ਜਿਹੜਾ ਕਮਿਸ਼ਨ ਬਿਠਾਇਆ ਗਿਆ ਸੀ ਉਸ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀਗਾ ਦੇਖੋ ਜੋ ਅੱਜ ਹੋ ਰਿਹਾ ਇਹ ਪੰਡਿਤ ਜਵਾਹਰ ਲਾਲ ਨਹਿਰੂ ਹੋਣਾ ਨੂੰ ਸਾਰਿਆਂ ਨੂੰ ਉਸ ਵੇਲੇ ਵੀ ਖਦਸ਼ਾ ਸੀ ਉਹ ਸਾਨੂੰ ਬਦਨਾਮ ਕਰਨ 'ਤੇ ਲੱਗੇ ਰਹਿੰਦੇ ਸੀ ਯੋਜਨਾਬੱਧ ਤਰੀਕੇ ਨਾਲ ਕਰਦੇ ਸੀ ਜਿੱਦਾਂ ਹੁਣ ਵੀ ਦੇਸ਼ ਦੇ ਅੰਦਰ 20-25,000 ਲੋਕ ਨੇ ਇਸੇ ਕੰਮ 'ਤੇ ਲੱਗੇ ਹੋਏ ਇਹ ਤੁਸੀਂ ਲੋਕ ਬਦਨਾਮ ਕਰ ਰਹੇ ਹੋ ਜਾਂ ਤੁਹਾਡੇ ਕੋਲ ਫੈਕਟਸ ਵੀ ਹੁੰਦੇ ਆ ਦੇਖੋ ਗੱਲ ਇਹ ਹੈ ਵੀ ਵੀਰਸ ਵਰਕਰ ਮਹਾਤਮਾ ਗਾਂਧੀ ਜੀ ਨੂੰ ਫਾਦਰ ਆਫ ਦੀ ਨੇਸ਼ਨ ਕਿਹਾ ਗਿਆ ਗੌਡਸੇ ਨੇ ਕਤਲ ਕੀਤਾ ਔਰ ਗੌਡਸੇ ਤਾਂ ਇੱਕ ਪਪਟ ਸੀ ਆਈਡਿਆਲੋਜੀ ਜਿਹੜੀ ਸੀ RSS ਦੀ ਸੀ ਔਰ ਉਹਦੇ 'ਚ ਮੇਨ ਇਹ ਵੀਰ ਸਵਰਕਰ ਵਰਗੇ ਯੋਧੇ ਜੀ ਨੂੰ ਕਹਿੰਦੇ ਅੱਜ ਕੱਲ੍ਹ ਉਹ ਸੀ ਔਰ ਇਹ ਅਕਿਊਜ਼ ਨੰਬਰ 7 ਸੀ ਕੇਸ 'ਚ ਸਾਜਿਸ਼ ਕੌਨਸਪਰੇਸੀ ਦੇ ਵਿੱਚ ਅਕਿਊਜ਼ ਨੰਬਰ 7 ਸੀ ਔਰ ਸ਼ਿਮਲਾ ਹਾਈ ਕੋਰਟ ਦੇ ਵਿੱਚ ਇੱਕ ਜੱਜ ਨੇ ਇਸ ਗੱਲ ਦੇ ਉੱਤੇ ਇਹਨੂੰ ਬਰੀ ਕਰ ਦਿੱਤਾ ਕਿ ਕਾਰਬੋਰੇਟ ਜਿਹੜੇ ਐਵੀਡੈਂਸ ਹੈ ਉਹਦਾ ਹਮਾਇਤ ਨਹੀਂ ਹੋ ਸਕੀ ਪਰ ਸ਼ਿਮਲੇ ਦੇ ਵਿੱਚ ਹੀ ਜਿਹੜਾ ਖੋਸਲਾ ਜੱਜ ਸੀ ਬਾਅਦ ਜਿਹਨੇ ਬੈਂਚ ਵੱਲੋਂ ਜਿਹੜਾ ਜੱਜਮੈਂਟ ਪੜ੍ਹੀ ਹੈ ਉਹ ਰਿਕਾਰਡ ਪੜ੍ਹੋ ਆਰਕਾਈਵ 'ਚ ਪਿਆ ਉਹ 'ਚ ਕਲੀਅਰ ਕੱਟ ਲਿਖਿਆ ਵੀ ਇਹ ਕਾਰਬੋਰੇਟ ਹੁੰਦਾ ਹੈ ਔਰ ਇਹ ਬਿਲਕੁਲ ਕੌਨਸਪਰੇਟਰ ਸੀ ਇਹ ਸਾਜਿਸ਼ ਸੀ ਪਰ ਨਹਿਰੂ ਹੁਣਾਂ ਨੇ ਉਸ ਤੋਂ ਬਾਅਦ ਜਿਹੜਾ ਅਗਲੀ ਕੋਰਟ 'ਚ ਨਹੀਂ ਗਏ ਇਹ ਉਹਨਾਂ ਦੀ ਗਲਤੀ ਸੀ ਬੇਵਕੂਫੀ ਸੀ ਅਦਰਵਾਈਜ਼ ਕਾਰਬੋਰੇਟ ਤਾਂ ਹੋਇਆ ਇੱਕ ਇਹ ਸਾਜਿਸ਼ ਸੀ ਸਾਜਿਸ਼ਕਾਰ ਸੀ ਇਹਨਾਂ ਦੀ ਥਿਊਰੀ ਸੀ ਇਹਨਾਂ ਦੀ ਆਈਡੀਓਲੋਜੀ ਸੀ ਮੈਂ ਇਹ ਗੱਲ ਹੋਰ ਕਹਿਣਾ ਅਗਲੀ ਗੱਲ ਜਿਹੜੀ ਦੇਖੋ ਗੱਲ ਇਹ ਹੈ ਬ੍ਰਿਟਿਸ਼ ਦੇ ਖਿਲਾਫ਼ ਲੜਦਿਆਂ ਹੋਇਆਂ ਦੇਸ਼ ਨੂੰ ਆਜ਼ਾਦੀ ਕਰਵਾਉਣ ਦੇ ਵਾਸਤੇ ਬੱਬਰ ਅਕਾਲੀਆਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਕ੍ਰਾਂਤੀਕਾਰੀ ਅਨੇਕਾਂ ਈਵਨ ਆਪਣੇ ਕੌਮਿਸਟਾਂ ਤੋਂ ਲੈ ਕੇ ਸੋਸ਼ਲਿਸਟ ਡੈਮੋਕ ਸਭ ਨੇ ਕੁਰਬਾਨੀਆਂ ਕੀਤੀਆਂ ਫਾਂਸੀ 'ਤੇ ਆਏ ਔਰ ਇਹ ਕੁਛ ਲੋਕ ਹੈ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਕਿਹਾ ਵੀ ਜੜ੍ਹਾਂ ਲੱਗੀਆਂ ਉਹਨਾਂ 'ਚੋਂ ਉਹਨਾਂ 'ਚੋਂ ਵੀਰ ਸਵਰਕਰ ਸੀ ਹੁਣ ਮੈਂ ਕਹਿਣਾ ਚਾਹੁੰਦਾ ਵੀ ਵੀਰ ਜਿਹੜੇ ਅੰਗਰੇਜ਼ਾਂ ਦੀ ਸੇਵਾ ਕਰਨ ਵਾਲੇ ਆਜ਼ਾਦੀ ਦੇ ਘਲਾਟੀਆਂ ਦੇ ਖਿਲਾਫ਼ ਲੜਨ ਵਾਲੇ ਉਹਨਾਂ ਨੂੰ ਇੱਡੇ ਵੱਡੇ ਪ੍ਰਾਈਜ਼ ਮਿਲਣੇ ਚਾਹੀਦੇ ਆ ਜਾਂ ਜਿਹੜੇ ਫਾਂਸੀ 'ਤੇ ਆ ਕੇ ਕੁਰਬਾਨੀਆਂ ਕਰਕੇ ਭਗਤ ਸਿੰਘ ਉਹਨਾਂ ਨੇ ਕਿਹਾ ਸੀ ਜਦੋਂ ਕਿਸ਼ਨ ਸਿੰਘ ਨੇ ਕਿਹਾ ਸੀ ਮੈਂ ਵਕੀਲ ਕਰਕੇ ਦਿੰਦਾ ਤੈਨੂੰ ਛਡਾਉਣ ਦੇ ਵਾਸਤੇ ਉਹਨੇ ਕਿਹਾ ਸੀ ਮੇਰਾ ਪਿਓ ਆ ਤੂੰ ਜੇ ਹੋਰ ਹੁੰਦਾ ਕੋਈ ਮੈਂ ਗੋਲੀ ਨਾਲ ਮਾਰ ਦਿੰਦਾ ਮੈਂ ਫਾਂਸੀ ਆਉਂਗਾ ਮੈਂ ਕਨਈਆ ਤਾਂ ਇਹ ਗੱਲ ਕਹਿ ਰਿਹਾ ਕਿ ਫਿਰ ਤਾਂ ਭਗਤ ਸਿੰਘ ਨੂੰ ਸਨਮਾਨ ਦੇਣਾ ਨਹੀਂ ਚਾਹੀਦਾ ਨਹੀਂ ਦੇਣਾ ਚਾਹੀਦਾ ਜੇ ਉਹ ਵੀਰ ਸਵਰਕਰ ਨੂੰ ਮਿਲ ਗਿਆ ਕਿਉਂ ਮਿਲੂਗਾ ਫਿਰ ਕਿਉਂ ਨਾ ਖੜਾ ਕਿਉਂ ਮਿਲੂਗਾ ਕਨਈਆ ਦੀ ਸਟੇਟਮੈਂਟ ਦੇ ਨਾਲ ਤੁਸੀਂ ਐਗਰੀ ਕਰਦੇ ਹੋ ਬਿਲਕੁਲ ਬਿਲਕੁਲ ਕਰਦੇ ਆ ਫਿਰ ਤਾਂ ਸਾਰੇ ਦੇਸ਼ ਭਗਤਾਂ ਦਾ ਮੂੰਹ ਕਾਲਾ ਕਰਨ ਵਾਲੀ ਗੱਲ ਆ ਮੈਂ ਕਹਿੰਦਾ ਸਣੇ ਕਾਲੀ ਬੱਬਰਾਂ ਦੇ ਮੂੰਹ ਕਾਲਾ ਜਿਹੜੇ ਫਸਗਤ ਆ ਗਏ ਮੂੰਹ ਬੇਜਣਾ ਤੁਸੀਂ ਬਹੁਤ ਮਾੜਾ ਕੰਮ ਕੀਤਾ ਇਹ ਵੀਰ ਸਵਰਕਰ ਦੇ ਰਾਹ ਤੇ ਚੱਲਣਾ ਚਾਹੀਦਾ ਸੀ ਕਲੀਅਰ ਸਾਹਿਬ ਇਸੇ ਸਟੇਟਮੈਂਟ ਦੇ ਸਕਦੇ ਹੋ ਕਿ ਨਹੀਂ ਕੇਪੀ ਜੀ ਮੈਂ ਇਸ ਗੱਲ ਨਾਲ ਨਹੀਂ ਸਹਿਮਤ ਹੈਗਾ ਕਿ ਜੀ ਭਗਤ ਸਿੰਘ ਨੂੰ ਰਾਜਗੁਰੂ ਨੂੰ ਨਹੀਂ ਸਨਮਾਨ ਦੇਣਾ ਚਾਹੀਦਾ ਫਿਰ ਇਹ ਗਲਤ ਗੱਲ ਹੈਗੀ ਹੈ ਜੇ ਉਹਨਾਂ ਨੂੰ ਭਾਰਤ ਰਤਨ ਮਿਲਦਾ ਤਾਂ ਅਕਾਲੀ ਦਲ ਦਾ ਸਵਾਗਤ ਕਰੇਗਾ ਹੀ ਕਰੇਗਾ ਔਰ ਅਕਾਲੀ ਦਲ ਮੰਗ ਕਰਦਾ ਕਿ ਉਹਨੂੰ ਦਿੱਤਾ ਜਾਵੇ ਇਹ ਗੱਲ ਕਰਨੀ ਕਿ ਜੀ ਇਹਨੂੰ ਦੇਤਾ ਉਹਨਾਂ ਨੂੰ ਨਹੀਂ ਦੇਣਾ ਭਾਰਤ ਰਤਨ 48 ਬੰਦਿਆਂ ਨੂੰ ਮਿਲ ਚੁੱਕਿਆ ਅੱਜ ਤੱਕ 48 ਬੰਦਿਆਂ ਨੂੰ ਭਾਰਤ ਰਤਨ ਮਿਲ ਚੁੱਕਿਆ ਸੋ ਇਹਦੇ 'ਚ ਤੁਸੀਂ ਇੱਕ ਬੰਦੇ ਦਾ ਪੈਰਾਮੀਟਰ ਲੈ ਕੇ ਕਹਿ ਦਿਓ ਕਿ ਜੀ ਜਿਹੜੇ ਦੇਸ਼ ਦੇ ਮਹਾਨ ਸ਼ਹੀਦ ਆ ਹੁਣ ਉਹਨਾਂ ਨੂੰ ਮਿਲਣਾ ਨਹੀਂ ਚਾਹੀਦਾ ਫਿਰ ਐਂ ਤਾਂ ਉਰੇ ਬਹੁਤ ਲੋਕ ਐਸੇ ਨੇ ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਜਿਨ੍ਹਾਂ ਨਾਲੋਂ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਜਾਂ ਸ਼ਹੀਦ ਊਧਮ ਸਿੰਘ ਇਹਨਾਂ ਦੀ ਸ਼ਖਸੀਅਤ ਬਹੁਤ ਜ਼ਿਆਦਾ ਵੱਡੀ ਹੈ ਤੁਸੀਂ ਇਹਨੂੰ ਨਹੀਂ ਤੁਲਨਾ ਕਰ ਸਕਦੇ ਇਹ ਗੱਲਾਂ ਦੀ ਇਹ ਗੱਲਾਂ ਬਹੁਤ ਛੋਟੀਆਂ ਰਹਿ ਜਾਣਗੀਆਂ ਅਗਰ ਤੁਲਨਾ 'ਚ ਪੈ ਜਾਓਗੇ ਗਰੇਵਾਲ ਸਾਹਿਬ ਤੁਸੀਂ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਮੰਨਦੇ ਹੋ ਬਿਲਕੁਲ ਮੰਨਦੇ ਹਾਂ ਉਹਨਾਂ ਨੂੰ ਮਿਲਿਆ ਭਾਰਤ ਰਤਨ ਹੁਣ ਤੱਕ ਜਾਂ ਨਹੀਂ ਮਿਲਿਆ ਮੈਨੂੰ ਪਤਾ ਨਹੀਂ ਐਕਚੁਅਲੀ ਉਹ ਖੁਦ ਹੀ ਭਾਰਤ ਰਤਨ ਨੇ ਉਹਨਾਂ ਨੂੰ ਮਿਲਣ ਦੀ ਕੀ ਜ਼ਰੂਰਤ ਹੈ ਰਾਸ਼ਟਰਪਿਤਾ ਨੇ ਅਤੇ ਹਜੇ ਵੀ ਫਾਦਰ ਆਫ ਨੇਸ਼ਨ ਮੰਨਦੇ ਹੋ ਤੁਸੀਂ ਬਿਲਕੁਲ ਮੰਨਦੇ ਹਾਂ ਅਸੀਂ ਸਾਡੀ ਜਿਹੜੀ ਜੋ ਸਟੇਟਮੈਂਟ ਅਮਰੀਕਾ ਤੋਂ ਜਾਰੀ ਹੋਈ ਸੀ ਪਿਤਾ ਦੱਸਿਆ ਗਿਆ ਸੀਗਾ ਉਸ ਸਟੇਟਮੈਂਟ ਦੇ ਨਾਲ ਵੀ ਤੁਸੀਂ ਖੜਦੇ ਹੋ ਮੋਦੀ ਸਾਹਿਬ ਨੂੰ ਪਿਤਾ ਦੱਸਿਆ ਗਿਆ ਸੀਗਾ ਫਾਦਰ ਆਫ ਇੰਡੀਆ ਕਿਹਾ ਗਿਆ ਸੀਗਾ ਉਹ ਤਾਂ ਕੋਈ ਕੁਝ ਵੀ ਕਹਿੰਦਾ ਰਹੇ ਕਿਸੇ ਕੰਟਰੀ ਉਸ ਸਟੇਟਮੈਂਟ ਦੇ ਉਸ ਸਟੇਟਮੈਂਟ ਦੀ ਮੁਖਾਲਫਤ ਕਰਦੇ ਹੋ ਤੁਸੀਂ ਜਾਂ ਨਾਲ ਖੜੇ ਹੋ ਦੱਸੋ ਹੁਣ ਕੋਈ ਕੀ ਕਹਿੰਦਾ ਅਸੀਂ ਉਹਦੇ ਤੇ ਹਰ ਚੀਜ਼ ਤੇ ਕਮੈਂਟ ਕਰਨਾ ਕੋਈ ਜ਼ਰੂਰੀ ਥੋੜਾ ਹੁੰਦਾ ਸਾਡਾ ਮੋਦੀ ਜੀ ਬਹੁਤ ਬੜੇ ਨੇਤਾ ਨੇ ਇਸ ਵੇਲੇ ਦੁਨੀਆ ਦੇ ਇਸ ਸਵਾਲ ਤੇ ਕਮੈਂਟ ਕਰਨਾ ਕਹਿੰਦੇ ਕੋਈ ਜ਼ਰੂਰੀ ਨਹੀਂ ਹੈਗਾ ਦੇਖੋ ਇੱਕ ਗੱਲ ਹੈ ਇਹ ਮੈਂ ਜ਼ਰੂਰ ਕਹਾਂਗਾ ਉਹ ਨਹੀਂ ਕਮੈਂਟ ਕਰਨਾ ਚਾਹੁੰਦੇ ਇਹਨਾਂ ਦਾ ਰਾਈਟ ਹੈ ਇਹ ਕੋਈ ਐ ਨਹੀਂ ਹੈ ਜੇ ਕਮੈਂਟ ਨਾ ਕਰਨ ਦਾ ਮਤਲਬ ਕੀ ਹੁੰਦਾ ਮਤਲਬ ਜੋ ਮਰਜ਼ੀ ਕਰੀ ਮੈਨੂੰ ਸਮਝਾ ਦੋ ਨਾ ਫਿਰ ਮੈਂ ਤਾਂ ਉਹੀ ਸਮਝਦਾ ਮੈਂ ਦਰਸ਼ਕਾਂ ਨੂੰ ਸਮਝਾਣਾ ਕਮੈਂਟ ਨਾ ਕਰਨ ਦਾ ਵੈਸੇ ਮਤਲਬ ਇਹ ਹੁੰਦਾ ਹੈ ਵੀ ਨਾ ਇੱਧਰ ਤੇ ਨਾ ਇੱਧਰ ਵੀ ਜੋ ਹੋ ਗਿਆ ਹੋ ਗਿਆ ਇਹਦੇ ਤੇ ਮੈਂ ਕੁਝ ਨਹੀਂ ਕਹਿਣਾ ਉਹਦਾ ਮਤਲਬ ਹੈ ਵੀ ਨਾ ਮੈਂ ਪੂਰਾ ਐਗਰੀ ਹਾਂ ਨਾ ਮੈਂ ਡਿਸਐਗਰੀ ਹਾਂ ਇਹਦਾ ਮਤਲਬ ਇਹ ਨਿਕਲਦਾ ਆਮ ਤੌਰ 'ਤੇ ਪਰ ਕੋਈ ਹੋਰ ਵੀ ਮਤਲਬ ਕਰ ਸਕਦਾ ਜੇ ਚੁੱਪ ਰਹਿੰਦਾ ਬੰਦਾ ਉਹਦਾ ਮਤਲਬ ਦੋਨੇ ਪਾਸੇ ਨਿਕਲ ਜਾਂਦਾ ਪਰ ਮੈਂ ਜਿਹੜੀ ਗੱਲ ਹੋਰ ਕਹਿਣਾ ਵੀ ਜਦ ਕਰਜਨ ਵਾਈਜੀ ਨੂੰ ਮਾਰ ਮਦਨ ਲਾਲ ਢੀਂਗਰਾ ਜਿਹਨੇ ਅਸਥੀਆਂ ਵੀ ਲੈਂਦੀਆਂ ਹੋਈਆਂ ਮਦਨ ਲਾਲ ਢੀਂਗਰਾ ਨੂੰ ਤਾਂ ਫਾਂਸੀ ਹੋਈ ਅਤੇ ਇਹਨਾਂ ਦੇ ਕਹੇ ਦੇ ਉੱਤੇ ਸਾਰਾ ਕੁਛ ਉਹਨਾਂ ਨੇ ਕਰਿਆ ਅਤੇ ਉਹਨਾਂ ਨੂੰ ਤਾਂ ਕੋਈ ਉਹਨਾਂ ਦਾ ਤਾਂ ਨਾ ਨਿਸ਼ਾਨ ਨਹੀਂ ਦਿੱਤਾ ਜਾ ਰਿਹਾ ਕਾਮਾ ਗੱਟਾ ਮਾਰੂ ਦੇ ਹੈਂਜੀ ਅਤੇ ਉਹ ਐਡੇ ਦੇਖੋ ਉਹਨਾਂ ਨੇ
ਜਦ ਉਹਨਾਂ ਨੂੰ ਆਖਿਆ ਨਾ ਬਾਬੇ ਨੂੰ ਮਹਾਤਮਾ ਗਾਂਧੀ ਨੇ, ਮੈਂ ਤੈਨੂੰ ਤਾਂ ਮਿਲੂੰਗਾ ਜੇ ਤੂੰ ਪਹਿਲਾਂ ਇਹ ਡਿਕਲੇਅਰ ਕਰੇਗਾ ਵੀ ਜਿਹੜੀ ਚੱਲ ਕੋਈ ਨਹੀਂ ਮੈਨੂੰ ਚਾਹੇ ਸਜ਼ਾ ਹੋ ਜਾਵੇ। ਉਹਨੇ ਮੰਨਿਆ, ਉਹਨੇ ਸਜ਼ਾ ਲਈ ਆ ਆਪਣੇ ਆਪ ਨੂੰ। ਉਹਨੇ ਐਂ ਨਹੀਂ ਆ ਵੀ ਮੈਂ ਲੁੱਕ ਗਿਆ ਹੋਰ ਕਰ ਗਿਆ, ਉਹ ਰੂਪੋਸ਼ ਹੁੰਦੇ ਹੋਏ ਵੀ ਉਹ ਕਹਿੰਦੇ ਜੀ ਚਲੋ ਠੀਕ ਹੈ ਮਹਾਤਮਾ ਗਾਂਧੀ ਕਹਿੰਦੇ ਨੇ ਮੈਂ ਠੀਕ ਹੈ ਮੈਂ ਨਹੀਂ, ਉਹ ਤਿਆਰ ਨਹੀਂ ਸੀਗੇ, ਮਨੋਂ ਬਿਲਕੁਲ ਤਿਆਰ ਨਹੀਂ ਸੀਗੇ। ਸੋ ਜਿਹੜਾ ਅਸੀਂ ਜਦ ਦੇਖਦੇ ਹਾਂ ਜਿਹੜੇ ਦੇਸ਼ ਭਗਤ ਨੇ, ਕਰਤਾਰ ਸਿੰਘ ਸਰਾਭਾ, ਮੈਂ ਕਿਉਂ ਕਹਿਣਾ ਕਰਤਾਰ ਸਿੰਘ ਸਰਾਭਾ ਉੱਥੋਂ ਆ ਗਿਆ, ਕਰਤਾਰ ਸਿੰਘ ਸਰਾਭੇ ਨੂੰ ਆਖਿਆ ਗਿਆ ਵੀ ਤੂੰ ਨਾ ਉੱਥੇ ਮੁੜ ਕੇ ਚਲਾ ਜਾ, ਬੜੀ ਜ਼ੋਰ ਲਾਇਆ ਗਿਆ, 18 ਸਾਲ ਦੀ ਉਮਰ 'ਚ ਫਾਂਸੀ। ਉਹ ਕਹਿੰਦਾ ਨਾ ਇਹ ਤਾਂ ਹੁਣ ਇਹ ਤੋਂ ਨਹੀਂ ਮੈਂ ਭੱਜਣਾ, ਇਹ ਹੁਣ ਮੇਰੇ ਨਾਲ ਦੇ ਨੇ। ਸੋ ਜਿਹੜਾ ਬੰਦਾ ਆਪਦੇ ਨਾਲ ਲੋਕਾਂ ਨੂੰ ਮਤਲਬ ਉਹਦਾ ਬੜਾ ਸੌਖਾ, ਚੜ੍ਹਜਾ ਬੱਚਾ ਸੂੜੀ ਰਾਮ ਭਲੀ ਕਰੇਂਗੇ, ਇਹ ਬੜਾ ਸੌਖਾ ਤਰੀਕਾ ਹੈ। ਇਹ ਮੈਂ ਤੁਹਾਨੂੰ ਅੱਜ ਵੀ ਕਹਿਣਾ ਜਿਹੜਾ ਇਹਨਾਂ ਨੇ ਕਿਹਾ ਵੀ ਲਾਈਨ 'ਚ ਖੜ੍ਹੇ ਕਰਨਾ, ਮੈਂ ਇਹ ਗੱਲ ਬਿਲਕੁਲ ਕਹਿਣ ਨੂੰ ਤਿਆਰ ਹਾਂ। ਜੇ ਇੱਕ ਬੰਦਾ ਅੰਗਰੇਜ਼ਾਂ ਦਾ ਪਿੱਠੂ ਹੋ ਕੇ ਉਹਦਾ ਜੁਰਮਾਨਾ ਭਰ ਦਿੰਦਾ ਹੈ ਅਤੇ ਉਹਨੂੰ ਕੋਈ ਸਨਮਾਨ ਮਿਲਦਾ ਹੈ, ਅਤੇ ਮੈਂ ਕੋਈ ਹੋਰ ਬੰਦਾ ਹੈ ਜਿਹਨੇ ਉਹਦੇ ਨਾਲ ਟੱਕਰ ਲਈ ਹੋਵੇ, ਮੈਂ ਕਹਾਂਗਾ ਉਹ ਟੱਕਰ ਵਾਲੇ ਨੂੰ ਯਾਰ ਫਿਰ ਠੀਕ ਹੈ ਉਹਨੂੰ ਆਪਦਾ ਰਹਿਣ ਦਿਉ, ਇਹ ਕਿਉਂਕਿ ਤੁਸੀਂ ਜਦ ਇੱਥੇ ਲਾਓਗੇ ਦੋ, ਤੁਸੀਂ ਜਿਹੜਾ ਬੰਦਾ ਲੋਕਾਂ ਨੂੰ ਧਰਮ ਦੇ ਨਾਂ 'ਤੇ ਕਤਲ ਕਰਵਾਉਂਦਾ ਹੈ ਉਹਦੇ ਪੈਰ ਨਾਲ ਖੜਾ ਕੇ ਤੁਸੀਂ ਇੱਕ ਜਿਹੜੇ ਬੰਦੇ ਨੇ ਜਾਨ ਦਿੱਤੀ ਹੋਵੇ ਤਾਂ ਲੋਕਾਂ ਨੂੰ ਬਚਾਉਣ ਦੀ ਇੱਕ ਨੂੰ, ਅਤੇ ਉਹਨਾਂ ਦੋਹਾਂ ਨੂੰ ਇਕੱਠੇ ਬਰਾਬਰ ਕਰੋਗੇ ਨਾ ਅਤੇ ਫਿਰ ਸਮਾਜ ਚੱਲੇ ਗਏ। ਇਹਦਾ ਮਤਲਬ ਇਹਨਾਂ ਦੀ ਰਾਸ਼ਟਰਵਾਦੀ ਰਾਜਨੀਤੀ ਆ ਉਹਦੇ ਵਿੱਚ ਵਖਰੇਵਾਂ ਹੈਗਾ? ਨਹੀਂ, ਉਹ ਤਾਂ ਸਿੱਧੇ ਹਿੰਦੂ ਤਬਦਾ ਤਾਂ ਉਹਨਾਂ ਨੇ ਸਵਰਕਰ ਸਾਹਿਬ ਨੇ ਆਪ ਹੀ ਲਿਖਿਆ, ਵੀਰ ਸਵਰਕਰ ਜੀ ਨੇ ਖੁਦ ਹੀ ਲਿਖਿਆ, ਮੈਂ ਥੋੜ੍ਹਾ ਕਹਿ ਰਿਹਾ, ਇਹ ਤਾਂ ਉਹਨੇ ਤਾਂ ਪੜ੍ਹਨ ਲਿਖਦਾ। ਠੀਕ ਹੈ, ਉਹ ਤਾਂ ਹਿੰਦੂ ਤੋਂ ਕਹਿੰਦਾ ਮੈਂ ਹਿੰਦੂਤਾਵਾਂ ਦੀ ਗੱਲ ਕਰਨਾ, ਉਹਨਾਂ ਨੇ ਵਿੱਚ ਗਿਣਤੇ ਬੋਧੀ ਜੈਨੀ ਵੀ ਸਾਡੇ ਨਾਲ, ਸਿੱਖ ਵੀ ਇਹ ਕਹਿੰਦੇ ਨੇ ਨਾ, ਉਹ ਕਹਿੰਦੇ ਸਿੱਖ ਵੀ ਹਿੰਦੂ ਨੇ ਲਿਖਿਆ ਹੋਇਆ। ਆਰ ਐਸ ਐਸ ਨੂੰ ਕਦੇ ਸਰਦਾਰ ਪਟੇਲ ਨੇ ਬੈਨ ਕੀਤਾ ਸੀ? ਬਿਲਕੁਲ ਕਰਿਆ ਸੀ, ਬਿਲਕੁਲ ਐਜ਼ ਹੋਮ ਮਿਨਿਸਟਰ ਕਰਿਆ ਸੀ। ਹਾਂ, ਸਰਦਾਰ ਪਟੇਲ ਤੁਹਾਡੇ ਹੀਰੋ? ਹੀਰੋ ਦੇਸ਼ ਦੇ ਹੀਰੋ। ਮਹਾਤਮਾ ਗਾਂਧੀ ਤੁਹਾਡੇ ਹੀਰੋ? ਬਿਲਕੁਲ ਹੈਗੇ। ਨਥੂਰਾਮ ਗੋਡਸੇ ਕੀ ਹੈ? ਉਹ ਵੀ ਹੈ ਨਥੂਰਾਮ ਗੋਡਸੇ, ਅਸੀਂ ਕਦੋਂ ਕਿਹਾ ਹੀਰੋ। ਚਲੋ ਬਹੁਤ ਧੰਨਵਾਦ ਗਰੀਵਾਲ ਸਾਹਿਬ ਤੁਹਾਡਾ, ਮੈਂ ਚਰਚਾ ਇੱਥੇ ਸਮਾਪਤ ਕਰ ਰਿਹਾ। ਬਰਾੜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਅਤੇ ਬੰਦ ਸਿੰਘ ਬਰਾੜ ਤੁਹਾਡਾ ਬਹੁਤ ਧੰਨਵਾਦ, ਸਾਰੇ ਮਾਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹ ਡਿਬੇਟ ਤੁਸੀਂ ਦੇਖੀ ਹੈ, ਫੈਸਲਾ ਤੁਸੀਂ ਕਰਨਾ, ਸਨਮਾਨ ਕਿਹਨੂੰ ਮਿਲਣਾ ਚਾਹੀਦਾ, ਕਦੋਂ ਮਿਲਣਾ ਚਾਹੀਦਾ ਅਤੇ ਕਿਉਂ ਮਿਲਣਾ ਚਾਹੀਦਾ। ਬਹੁਤ ਧੰਨਵਾਦ।